ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨ ਕੌਰ ਅੱਜ ਇਸ ਖਾਸ ਅਮਰਜੈਂਸੀ ਬੁਲੇਟਿਨ ਦੇ ਵਿੱਚ ਦੱਸਾਂਗੀ ਤੁਹਾਨੂੰ 14 ਨਵੰਬਰ ਦੀਆਂ ਪੰਜਾਬ ਭਾਰਤ ਤੇ ਦੁਨੀਆ ਪਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ अहम ਖਬਰਾਂ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ ਸੂਬੇ ਦੇ ਵਿੱਚ 20 ਨਵੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਵਿਭਾਗ ਨੇ ਸੂਬੇ ਦੇ ਵਿੱਚ ਟੁੱਟੀਆਂ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਵੀ ਜਿਤਾਈ ਹੈ ਹਾਲਾਂਕਿ ਰੋਜ਼ਾਨਾ ਤੋਂ ਦੁਪਹਿਰ ਹੀ ਰਹੀ ਹੈ ਲਗਾਤਾਰ ਤਿੰਨ ਦਿਨਾਂ ਤੋਂ ਸੂਬੇ ਦੇ ਵਿੱਚ ਅਗਲੇ 4-5 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਏਗੀ ਲੰਘੇ ਦਿਨ ਦੇ ਮੁਕਾਬਲੇ ਅੱਜ ਦਿਨ ਦਾ ਤਾਪਮਾਨ ਜਿਹੜਾ ਹੈਗੇ 0.6 ਡਿਗਰੀ ਵਧਿਆ ਹੈ ਸਭ ਤੋਂ ਘੱਟ ਰਾਤ ਦਾ ਪਾਰਾ ਫਰੀਦਕੋਟ ਦੇ ਵਿੱਚ 10.2 ਡਿਗਰੀ ਦਰਜ ਕੀਤਾ ਗਿਆ ਦਿੱਲੀ ਦੇ ਵਿੱਚ ਅੱਜ ਤੜਕੇ ਹਵਾ ਦੇ ਵਿੱਚ ਪ੍ਰਦੂਸ਼ਣ ਕਾਰਨ ਇਸ ਨੂੰ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਹੀ ਦਰਜ ਕੀਤਾ ਗਿਆ ਹੈ ਤੇ ਛੇਤੀ ਦਿੱਲੀ ਦੇ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਦਿੱਲੀ ਦੇ 40 ਨਿਗਰਾਨ ਕੇਂਦਰਾਂ ਦੇ ਵਿੱਚੋਂ 9 ਤੋਂ ਉਪਲਬਧ ਅੰਕੜਿਆਂ ਦੇ ਮੁਤਾਬਕ ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕਾਂਕ ਸਵੇਰੇ 8:363 ਦਰਜ ਕੀਤਾ ਗਿਆ ਤੇ ਇਹ ਬਹੁਤ ਮਾੜੀ ਸ਼੍ਰੇਣੀ ਦੇ ਵਿੱਚ ਹੁੰਦਾ ਮੀਂਹ ਤੋਂ ਰਾਹਤ ਮਿਲਣ ਤੋਂ ਬਾਅਦ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਕਿਉਂਕਿ ਪਾਬੰਦੀ ਦੇ باوجود ਦੀਵਾਲੀ ਦੀ ਰਾਤ ਲੋਕਾਂ ਨੇ ਰੱਜ ਕੇ ਪਟਾਕੇ ਚਲਾਏ ਅਤੇ ਸੋਮਵਾਰ ਨੂੰ ਇਹ ਧੂਆਂ ਵਾਪਸ ਭਰਤਾ ਆ ਤੇ ਦਿੱਲੀ ਦੇ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਘਟ ਕਰਨ ਦੇ ਲਈ ਨਵੀਂ ਦਿੱਲੀ ਮਿਊਨਿਸਪਲ ਕਾਉਂਸਲ ਨੇ ਹੁਣ ਲੋਕਾਂ ਨੂੰ ਨਿਜੀ ਵਾਹਨਾਂ ਦੀ ਵਰਤੋਂ ਕਰਨ ਤੋਂ ਰੋਕਣ ਦੇ ਲਈ ਉਹਨਾਂ ਦੇ ਇਲਾਕਿਆਂ ਵਿੱਚ ਪਾਰਕਿੰਗ ਕਿਰਾਇਆ ਦੁੱਗਣਾ ਕਰ ਦਿੱਤਾ ਹੈ ਇੱਕ ਅਧਿਕਾਰਿਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਐਨਡੀਐਮਸੀ ਖੇਤਰ ਦੇ ਵਿੱਚ ਕੁੱਲ 91 ਪਾਰਕਿੰਗ ਥਾਮਾਂ ਹੁੰਦੀਆਂ ਨੇ ਇਹਨਾਂ ਵਿੱਚੋਂ 41 ਦਾ ਪ੍ਰਬੰਧਨ ਐਨਡੀਐਮਸੀ ਕਰਦੀ ਹੈ ਜਦਕਿ ਬਾਕੀਆਂ ਦਾ ਰੱਖ-ਰਖਾਅ ਹੋਰ ਏਜੰਸੀਆਂ ਨੇ ਆਊਟਸੋਰਸ ਕੀਤਾ ਹੋਇਆ ਐਨਡੀਐਮਸੀ ਮੌਜੂਦਾ ਸਮੇਂ ਦੇ ਵਿੱਚ ਗੱਡੀਆਂ ਤੋਂ 100 ਰੁਪਏ ਪ੍ਰਤੀ ਦਿਨ ਤੇ 20 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਪਾਰਕਿੰਗ ਕਿਰਾਇਆ ਲੈਂਦੀ ਸੀ ਜੋ ਹੁਣ 200 ਅਤੇ 40 ਰੁਪਏ ਹੋ ਜਾਊਗਾ ਦੁਪਈਆ ਵਾਹਨਾਂ ਤੋਂ ਘੰਟਾ ਚਾਰਜ ਕਰਨ ਦੀ ਥਾਂ ਹੁਣ 100 ਰੁਪਏ ਪ੍ਰਤੀ ਦਿਨ ਤੇ ਵੀਰਪਈਏ ਪ੍ਰਤੀ ਘੰਟਾ ਵਸੂਲੇ ਜਾਣਗੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਮੌਸਮ ਦੀ ਸਥਿਤੀ ਦੇ ਮੱਦੇ ਨਜ਼ਰ ਐਂਡੀਐਮਸੀ ਨੇ ਪਾਰਕਿੰਗ ਖਰਚੇ 31 ਜਨਵਰੀ 2024 ਤੱਕ ਦੁੱਗਣੇ ਕਰ ਦਿੱਤੇ ਨੇ 14 ਨਵੰਬਰ ਨੂੰ ਹਰ ਸਾਲ ਦੇਸ਼ ਵਾਸੀਆਂ ਦੇ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਕਹਿੰਦੇ ਬੱਚਾ ਦੇ ਭਵਿੱਖ ਨੂੰ ਬਿਹਤਰ ਤੇ ਸੁਰੱਖਿਅਤ ਬਣਾਉਣ ਲਈ ਨਾਲ ਹੀ ਬੱਚਿਆਂ ਦੀ ਕਲਾ ਨੂੰ ਨਿਖਾਰਨ ਤੇ ਮੁਕਾਮ ਦੇਣ ਦੇ ਲਈ ਸਾਡੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਸੱਚੇ ਮਨ ਨਾਲ ਕੋਸ਼ਿਸ਼ਾਂ ਜਾਰੀ ਨੇ ਯਕੀਨਨ ਨਤੀਜੇ ਵੀ ਸ਼ਾਨਦਾਰ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਹਨਾਂ ਦੀ ਜਨਮ ਦਿਤੇ ਸ਼ਰਧਾਂਜਲੀ ਦਿੱਤੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 1899 ਦੇ ਵਿੱਚ ਹੋਇਆ ਸੀ ਤੇ ਉਹ ਵੱਡੇ ਕਾਂਗਰਸੀ ਲੀਡਰ ਹੋਣ ਦੇ ਨਾਲ ਨਾਲ ਆਜ਼ਾਦੀ ਕੋ ਲਾਟੇ ਸਨ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਬੇ ਸਮੇਂ ਤੱਕ ਇਸ ਅਹੁਦੇ ਤੇ ਰਹਿਣ ਦਾ ਰਿਕਾਰਡ ਨਹਿਰੂ ਦੇ ਨਾਮ ਹੀ ਬੋਲਦਾ ਹੈ ਤੇ ਉਹਨਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਾਂਗਰਸ ਦੀ ਲੀਡਰਸ਼ਿਪ ਨੇ ਵੀ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਹਨਾਂ ਦੀ 31 ਦੀ ਜਨਤੀ ਤੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਪਾਰਟੀ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਏਆਈਸੀਸੀ ਦੇ ਖਜ਼ਾਨਚੀ ਅਜੇ ਮਾਕਨ ਉਹਨਾਂ ਪਾਰਟੀ ਲੀਡਰਾਂ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਸ਼ਾਂਤੀ ਵਣ ਦੇ ਵਿੱਚ ਨਹਿਰੂ ਯਾਦਗਾਰ ਤੇ ਜਾ ਕੇ ਸ਼ਰਧਾਂਜਲੀ ਦਿੱਤੀ ਸੁਪਰੀਮ ਕੋਰਟ ਅਤੇ ਐਨਜੀਟੀ ਦੀ ਸਖਤੀ ਦਾ ਅਸਰ ਪੰਜਾਬ ਦੇ ਵਿੱਚ ਪ੍ਰਾਲੀ ਤੇ ਨਜ਼ਰ ਨਹੀਂ ਆ ਰਿਹਾ ਲਗਾਤਾਰ ਪ੍ਰਾਲੀ ਸਾੜਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਠਿੰਡਾ ਪ੍ਰਾਲੀ ਸਾੜਨ ਦੇ ਮਾਮਲੇ ਵਿੱਚ ਹੁਣ ਪਹਿਲੇ ਥਾਂ ਤੇ ਆ ਗਿਆ ਬਠਿੰਡੇ ਵਿੱਚ 200 72 ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਜਦਕਿ ਦੂਜੇ ਨੰਬਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ ਸੰਗਰੂਰ ਹੈ ਇੱਥੇ 216 ਮਾਮਲੇ ਸਾਹਮਣੇ ਆਏ ਨੇ ਸੂਬੇ ਦੇ ਵਿੱਚ 1 ਅਕਤੂਬਰ ਤੋਂ 13 ਨਵੰਬਰ ਤੱਕ ਖੇਤਾਂ ਵਿੱਚ ਅੱਗ ਲੱਗਣ ਦੇ ਕੁੱਲ 26341 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਦੇ ਵਿੱਚ 29 ਅਕਤੂਬਰ ਤੋਂ 13 ਨਵੰਬਰ ਦਰਮਿਆਨ ਸਿਰਫ 16 ਦਿਨਾਂ ਦੇ ਵਿੱਚ ਹੀ 22355 ਮਾਮਲੇ ਸਾਹਮਣੇ ਆਏ ਨੇ ਤੇ ਇਹ ਇਸ ਸੀਜ਼ਨ ਦੀਆਂ ਘਟਨਾਵਾਂ ਦਾ ਲਗਭਗ 85% ਹੈ ਪੰਜਾਬ ਦੇ ਡੀਜੀ ਪੀ ਗੌਰਵ ਜੱਦਵ ਨੇ ਸੂਬੇ ਦੇ ਵਿੱਚ ਪ੍ਰਾਲੀ ਸਾੜਨ ਤੇ ਪਾਬੰਦੀ ਨੂੰ ਯਕੀਨੀ ਬਣਾਉਣ ਦੇ ਹੁਕਮਾਂ ਅਤੇ ਮੁੱਖ ਸਕੱਤਰ ਦੇ ਵੱਲੋਂ ਐਸਐਚਓ ਨੂੰ ਜ਼ਿੰਮੇਦਾਰ ਠਹਿਰਾਉਣ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਦੇ ਵਿੱਚ ਐਫਆਈਆਰ ਦਰਜ ਕਰਨ ਦਾ ਦੌਰ ਵੀ ਚੱਲ ਰਿਹਾ ਹੈ 8 ਤੇ 9 ਨਵੰਬਰ ਨੂੰ ਸੂਬੇ ਵਿੱਚ 245 ਕਿਸਾਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀਆਂ ਗਈਆਂ ਸੰਗਰੂਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਹਾਈਵੇ ਜਾਮ ਕਰਨ ਦੀ ਖਬਰ ਮਿਲੀ ਹੈ ਪਤਾ ਲੱਗਿਆ ਕਿ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਛੋਟੀਆਂ ਮੰਡੀਆਂ ਦੇ ਵਿੱਚ ਵੀ ਝੋਨੇ ਦੀ ਖਰੀਦ ਜਾਰੀ ਰਹਿਣੀ ਚਾਹੀਦੀ ਹੈ ਦਰਅਸਲ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਸੂਬੇ ਦੀਆਂ ਵੱਡੀ ਗਿਣਤੀ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਹੈ। ਪਰਾਲੀ ਦੀਆਂ ਘਟਨਾਵਾਂ ਤੇ ਫੇਰ ਆਈਏ ਤਾਂ ਪੰਜਾਬ ਪੁਲਿਸ ਅਤੇ ਕੇਂਦਰ ਦੀਆਂ ਟੀਮਾਂ ਲਗਾਤਾਰ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਨਜ਼ਰ ਰੱਖ ਰਹੀਆਂ ਨੇ ਤੇ ਇਹਨਾਂ 636 ਟੀਮਾਂ ਨੇ ਹੁਣ ਤੱਕ 3836 ਲੋਕਾਂ ਤੇ ਕੁੱਲ 88 ਲੱਖ 23 ਹਜ਼ਾਰ ਦਾ ਜੁਰਮਾਨਾ ਲਾ ਵੀ ਦਿੱਤਾ ਹੈ। ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਪਰਾਲੀ ਦੇ ਨਿਪਟਾਰੇ ਦੇ ਲਈ ਇਸ ਸਾਲ ਜੋ ਮਸ਼ੀਨਾਂ ਖਰੀਦਣ ਦੇ ਲਈ ਸਬਸਿਡੀ ਦਿੱਤੀ ਜਾਣੀ ਹੈ ਉਸ ਮਸ਼ੀਨਰੀ ਦੀ ਚੈਕਿੰਗ ਦੇ ਲਈ ਕੇਂਦਰ ਦੀ ਟੀਮਾਂ ਪੰਜਾਬ ਪਹੁੰਚੀਆਂ ਹੋਈਆਂ ਨੇ ਹਰਿਆਣਾ ਵੀ ਪਹੁੰਚੀਆਂ ਹੋਈਆਂ ਨੇ ਪਿਛਲੇ ਸਾਲ ਪੰਜਾਬ ਦੇ ਵਿੱਚ ਕਰੀਬ 140 ਕਰੋੜ ਰੁਪਏ ਦੀ ਮਸ਼ੀਨਰੀ ਦੀ ਗੜਬੜੀ ਹੋਈ ਸੀ ਤੇ ਕਰੀਬ 11000 ਮਸ਼ੀਨਾ ਕਿਸਾਨਾਂ ਕੋਲ ਪਹੁੰਚੀਆਂ ਹੀ ਨਹੀਂ ਸਨ ਜਾਲੀ ਬਿੱਲ ਬੁੱਕ ਬਣਾ ਕੇ ਸਬਸਿਡੀਆਂ ਛਕ ਲਈਆਂ ਗਈਆਂ ਸਨ ਕੇਂਦਰ ਸਰਕਾਰ ਨੇ ਇਸ ਗੜਬੜੀ ਦਾ ਸਖਤ ਨੋਟਿਸ ਲਿਆ ਸੀ ਤੇ ਕੇਂਦਰੀ ਟੀਮਾਂ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ 25 ਅਕਤੂਬਰ ਤੋਂ 2022-23 ਅਤੇ 2023-24 ਦੌਰਾਨ ਖਰੀਦ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਕਰੀਬ 90% ਦਾ ਕੰਮ ਮੁਕੰਮਲ ਪੰਜਾਬ ਦੇ ਦਰਜਨਾਂ ਜ਼ਿਲ੍ਹਿਆਂ ਦੇ ਵਿੱਚ 16 ਕੇਂਦਰੀ ਟੀਮਾਂ ਪੜਤਾਲ ਕਰ ਰਹੀਆਂ ਨੇ 350 ਕਰੋੜ ਦੀ ਲਾਗਤ ਨਾਲ ਮਸ਼ੀਨਰੀ ਖਰੀਦਣ ਦੀ ਇਸ ਵਾਰੀ ਯੋਜਨਾ ਬਣਾਈ ਗਈ ਹੈ ਤੇ ਅਜਹੀ ਮਸ਼ੀਨਰੀ ਨੂੰ ਲੈ ਕੇ ਟੀਮ ਪਿੰਡ ਪਿੰਡ ਜਾ ਕੇ ਜਿਹੜੀ ਚੈਕਿੰਗ ਕਰ ਰਹੀ ਹੈ ਜੇ ਉਸ ਰਿਪੋਰਟ ਦੇ ਵਿੱਚ ਮਸ਼ੀਨਰੀ ਦੀ ਖਰੀਦ ਵਿੱਚ ਸਭ ਕੁਝ ਠੀਕ ਠਾਕ ਪਾਇਆ ਗਿਆ ਤਾਂ ਉਸ ਤੋਂ ਬਾਅਦ ਹੀ ਕੇਂਦਰ ਸਰਕਾਰ ਸਬਸਿਡੀ ਜਾਰੀ ਕਰੇਗੀ ਮੰਗਲਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਚਾਰ ਅਹਿਮ ਮੁੱਦਿਆਂ ਤੇ ਫੈਸਲੇ ਲਏ ਨੇ ਉਹਨਾਂ ਦੀ ਜਾਣਕਾਰੀ ਹੁਣ ਤੁਹਾਨੂੰ ਦੇ ਦਿੰਨੇ ਹਾਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਆਵਾਰਾ ਕੁੱਤਿਆਂ ਦੇ ਵਧਣ ਤੇ ਹੁਣ ਪੀੜਤਾਂ ਨੂੰ ਪ੍ਰਤੀ ਦੰਦ 10000 ਰੁਪਏ ਮੁਆਵਜ਼ਾ ਦਿੱਤਾ ਜਾਊਗਾ ਹਾਈ ਕੋਰਟ ਇਸ ਤੇ ਵੱਡਾ ਫੈਸਲਾ ਸੁਣਾਇਆ ਹੈ 193 ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਹਾਈ ਕੋਰਟ ਨੇ ਪੰਜਾਬ ਹਰਿਆਣਾ ਤੋਂ ਇਲਾਵਾ ਚੰਡੀਗੜ੍ਹ ਨੂੰ ਵੀ ਮੁਆਵਜ਼ਾ ਨਿਰਧਾਰਿਤ ਕਰਨ ਲਈ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਇਸ ਤੋਂ ਇਲਾਵਾ ਅਦਾਲਤ ਨੇ ਲਵਾਰਿਸ ਜਾਨਵਰਾਂ ਦੇ ਨਾਲ ਪਸ਼ੂਆਂ ਦੇ ਨਾਲ ਹੋਣ ਵਾਲੇ ਹਾਦਸਿਆਂ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਇਹ ਕਮੇਟੀ ਜਿਹੜੀ ਬਣਾਈ ਜਾਵੇਗੀ ਇਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਚ ਬਣੇਗੀ ਪੀੜਤ ਦੀ ਅਰਜ਼ੀ ਮਿਲਣ ਦੇ 4 ਮਹੀਨੇ ਦੇ ਅੰਦਰ ਮੁਆਵਜ਼ੇ ਦੀ ਰਕਮ ਜਾਰੀ ਕਰੇਗੀ ਕੁੱਤੇ ਦੇ ਵੱਢਣ ਤੇ ਘੱਟੋ ਘੱਟ 10000 ਰੁਪਏ ਪ੍ਰਤੀ ਦੰਦ ਦੇਣਾ ਪਊਗਾ ਜੇ ਕੁੱਤਾ ਕਿਸੇ ਪੀ ਪ੍ਰਤੀ 0.2 ਸੈਂਟੀਮੀਟਰ ਜ਼ਖਮ ਤੇ ਘੱਟੋ-ਘੱਟ 20000 ਰੁਪਏ ਮੁਆਵza ਮਿਲੇਗਾ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਕੁੱਤੇ ਦੇ ਵੱਢਣ ਦੀ ਸ਼ਿਕਾਇਤ ਮਿਲਣ ਤੇ ਪੁਲਿਸ ਨੂੰ ਡੀਡੀਆਰ 20 ਤੁਰੰਤ ਦਰਜ ਕਰਨੀ ਹੋਵੇਗੀ ਪੁਲਿਸ ਅਧਿਕਾਰੀ ਪੀੜਤ ਵੱਲੋਂ ਕੀਤੇ ਗਏ ਦਾਅਵੇ ਦੀ ਜਾਂਚ ਕਰੇਗਾ ਤੇ ਬਿਆਨ ਦਰਜ ਹੋਵੇਗਾ ਘਟਨਾ ਵਾਲੀ ਥਾਂ ਦੀ ਰਿਪੋਰਟ ਤਿਆਰ ਹੋਵੇਗੀ ਤੇ ਇੱਕ ਕਾਪੀ ਦਾਅਵੇਦਾਰ ਨੂੰ ਵੀ ਦਿੱਤੀ ਜਾਏਗੀ ਦੂਸਰਾ ਫੈਸਲਾ ਬਲਾਤਕਾਰੀ ਤੇ ਕਾਤਲ ਸਾਦ ਰਾਮ ਰਹੀਮ ਨੂੰ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਰਾਹਤ ਦਿੱਤੀ ਹੈ ਸ਼ਰੋਮਣੀ ਭਗਤ ਰਵਿਦਾਸ ਜੀ ਅਤੇ ਸੰਤ ਕਬੀਰ ਜੀ ਖਿਲਾਫ ਇਤਰਾਜਯੋਗ ਟਿੱਪਣੀ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਰਾਮ ਰਹੀਮ ਖਿਲਾਫ ਦਰਜ ਐਫਆਈਆ ਨੂੰ ਰੱਦ ਕਰ ਦਿੱਤਾ ਹੈ 7 ਮਾਰਚ ਨੂੰ ਡੇਰਾ ਮੁਖੀ ਦੇ ਖਿਲਾਫ ਜਲੰਧਰ ਦੇ ਪਤਾਰਾਂ ਦੇ ਵਿੱਚ ਕੇਸ ਦਰਜ ਹੋਇਆ ਸੀ ਕੇਸ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਵੀ ਜੋੜੀ ਗਈ ਇਸ ਤੋਂ ਬਾਅਦ ਰਾਮ ਰਹੀਮ ਹਾਈ ਕੋਰਟ ਪਹੁੰਚ ਗਿਆ ਸੀ ਪਟੀਸ਼ਨ ਲੈ ਕੇ ਐਫਆਈਆਰ ਰੱਦ ਕਰਨ ਦੀ ਅਪੀਲ ਕੀਤੀ ਸੀ ਤੇ ਐਫਆਈਆਰ ਨੂੰ ਰੱਦ ਕਰਕੇ ਹਾਈ ਕੋਰਟ ਨੇ ਬਲਾਤਕਾਰੀ ਦੀ ਕਾਤਲ ਸਾਧ ਰਾਮ ਰਹੀਮ ਨੂੰ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਕਿਹਾ ਕਿ ਇਤਿਹਾਸਿਕ ਤੱਥਾਂ ਤੇ ਕਿਤਾਬਾਂ ਨੂੰ ਦੇਖਣ ਤੋਂ ਬਾਅਦ ਅਜਿਹਾ ਨਹੀਂ ਲੱਗਦਾ ਕਿ ਡੇਰਾ ਮੁਖੀ ਨੇ ਇਹ ਗੱਲ ਮਾੜੇ ਇਰਾਦੇ ਨਾਲ ਕਹੀ ਹੈ ਜਾਂ ਫਿਰ ਇਸ ਨੂੰ ਗਲਤ ਇਰਾਦੇ ਨਾਲ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ ਤਕਰੀਬਨ 7 ਸਾਲ ਪਹਿਲਾਂ ਹੋਏ satsang ਦੌਰਾਨ ਰਾਮ ਰਹੀਮ ਨੇ ਗੁਰੂ ਰਵਿਦਾਸ ਮਹਾਰਾਜ ਤੇ ਟਿੱਪਣੀ ਕੀਤੀ ਸੀ ਜਦੋਂ ਪਰਚਾ ਦਰਜ ਹੋਇਆ ਪਰਚੇ ਦਰਜ ਤੋਂ ਬਾਅਦ ਅੱਜ ਤੱਕ ਪਹਿਲੀ ਵਾਰੀ ਹੋਇਆ ਇਤਿਹਾਸ ਵਿੱਚ ਵੀ ਜਿੰਨੀਆਂ ਹਾਈ ਕੋਰਟ ਦੇ ਵਿੱਚ ਕੋਈ ਵੀ ਕੁਐਸ਼ਿੰਗ ਲਾਉਂਦਾ ਉਹਨੂੰ ਸਭ ਤੋਂ ਪਹਿਲਾਂ ਕੰਪਲਸਰੀ ਆ ਵੀ ਥੱਲੇ ਜਿਹੜੀ ਆਪਣੀ ਕੋਡ ਜਿਹੜੀ ਡਿਸਟ੍ਰਿਕਟ ਕੋਰਟ ਜਿਹਦਾ ਚਲੰਦਰ ਦੇ ਵਿੱਚ ਆਪਣੀ ਡਿਸਟ੍ਰਿਕਟ ਕੋਰਟ ਆ ਉਹਦੇ ਵਿੱਚ ਹਾਂ ਉਰੀ ਜਿਹੜੀ ਉਸ ਜ਼ਿਲ੍ਹੇ ਦੇ ਵਿੱਚ ਬੇਲ ਕਰਾਉਣੀ ਲਾਜ਼ਮੀ ਹੈ ਉਸ ਤੋਂ ਬੇਲ ਕਰਾਉਣ ਤੋਂ ਬਾਅਦ ਚਲਾਨ ਪੇਚ ਹੁੰਦਾ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਸਿੱਧੀ ਜਿਹੜੀ ਕੁਐਸ਼ਿੰਗ ਲਾਤੀ ਵੀ ਇਹ ਜਿਹੜੀ ਵੀਡੀਓ ਆ ਇਹ 7 ਸਾਲ ਪੁਰਾਣੀ ਆ ਹੂੰ ਹੂੰ ਤੇ ਕੋ 7 ਸਾਲ ਨੂੰ ਵੈਰੀਫਾਈ ਕਰਨਾ ਜਦ ਆਪਾਂ ਡੇਟ ਦਿੱਤੀ ਸੀ ਉਹ ਤੇ ਫਰਵਰੀ ਦੀ ਫਰਵਰੀ ਡੇਟ ਦਿੱਤੀ ਉਹ ਸਹੀ ਸੀ ਜਦੋਂ ਪਰਚਾ ਦਰਜ ਹੋਇਆ ਜਿਹੜੀ ਵੀਡੀਓ ਆ ਉਹ ਇਹਨਾਂ ਨੇ ਮੂਵ ਕਰਤੀ ਢੇਰੇ ਵਾਲੇ ਨੇ ਜਦੋਂ ਡੇਰੇ ਵਾਲਿਆਂ ਨੇ ਮੂਵ ਕਰਤੀ ਆਪਣੇ ਕੋਲ ਜਿਹੜਾ ਲਿੰਕ ਸੀ ਉਹਦੀ ਕਾਪੀ ਜਿਹੜੀ ਹਾਈ ਕੋਰਟ ਦੇ ਵਿੱਚ ਲਾਈ ਗਈ ਲਿੰਕ ਦੀ ਹਮ ਸਰਕਾਰ ਵੱਲੋਂ ਵੀ ਜਿਹੜਾ ਸਰਕਾਰੀ ਵਕੀਲ ਸੀ ਹਾਈ ਕੋਰਟ ਦਾ ਉਹਨਾਂ ਨੇ ਵੀ ਲੈ ਕੇ ਪਾਇਆ ਵੀ Google ਨੂੰ ਵੀ ਇਹਦੀ ਜਿਹੜੀ ਡੇਟ ਕਰੇ ਵੀ 7 ਸਾਲ ਪੁਰਾਣੀ ਆ ਕਿ ਫਰਵਰੀ 2023 ਦੀ ਵੀਡੀਓ ਆ ਉਹਰਾ ਆਇਡੈਂਟੀਫਾਈ ਜਸਟੀਫਾਈ ਕਿਵੇਂ ਕਰਨਾ ਸੀ Google ਨੇ ਕਰਨਾ ਸੀ ਪਰ ਅਜੇ ਤੱਕ ਉਹ ਅੰਡਰ ਟ੍ਰਾਇਲ ਸੀਗਾ ਅਜੇ ਤੱਕ ਉਹਰਾ ਜਿਹੜਾ ਰਿਜ਼ਲਟ ਆ ਉਹ ਨਹੀਂ ਆ ਹੂੰ ਹੂੰ ਉਹ ਆਪਾਂ ਕਿਹਾ ਸੀ ਵੀ ਜਿਹੜੀ ਇਹਨਾਂ ਨੇ ਮੂਵ ਕੀਤੀ ਆ ਲਿੰਕ ਜਿਹੜਾ ਮੂਵ ਕੀਤਾ ਇਹ ਜਿਹੜੇ ਸਬੂਤ ਸੀਗੇ ਉਹ ਮਟੋਣ ਦੀ ਕੋਸ਼ਿਸ਼ ਕਰਨ ਕੀਤੀ ਮੈਂ ਥੋੜੀ ਕੀਤੀ ਮੇਰੇ ਕੋਲ ਜਿਹੜਾ ਲਿੰਕ ਸੀਗਾ ਮੈਂ ਸਾਰੇ ਅਵਸਾਰਾਂ ਦਿੱਤਾ ਪਰਚਾ ਤਾਂ ਜ ਹੋ ਗਿਆ ਉਹ ਡੇਰੇ ਵੱਲੋਂ ਜਦੋਂ ਉਹ ਮੂਵ ਕੀਤਾ ਤੇ ਇਹ ਜਿਹੜਾ ਜਦੋਂ ਆਪਾਂ ਸਬੂਤ ਖੁਰਦ-ਬੁਰਦ ਕਰਨੇ ਉਹਦੀ ਤਾਰਾ ਜਿਹੜੀ ਹਾਈ ਕੋਰਟ ਚ ਕਿਹਾ ਸੀ ਵੀ ਉਹ 201 ਤਾਰਾ ਜਿਹੜੀ ਆ ਉਹ ਲਾਈ ਜਾਵੇ ਇਹਨਾਂ ਨੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਤੀਸਰਾ ਫੈਸਲਾ ਹਾਈ ਕੋਰਟ ਨੇ ਐਸਸੀ ਐਸਟੀ ਬਾਰੇ ਕੀਤਾ ਹੈ ਐਸਸੀ ਐਸਟੀ ਐਕਟ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਜੇ ਚਾਰ ਦਿਵਾਰੀ ਦੇ ਅੰਦਰ ਕਿਸੇ ਵੀ ਐਸਸੀ ਐਸਟੀ ਭਾਈਚਾਰੇ ਨੂੰ ਧਮਕਾਇਆ ਗਿਆ ਜਾਂ ਫਿਰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਤਾਂ ਇਹ ਕੋਈ ਅਪਰਾਧ ਨਹੀਂ ਹੋਵੇਗਾ ਅਜਿਹੇ ਸ਼ਬਦਾਂ ਦੀ ਵਰਤੋਂ ਜੇ ਜਨਤਕ ਥਾਵਾਂ ਤੇ ਹੁੰਦੀ ਹੈ ਤਾਂ ਹੀ ਇਸ ਨੂੰ ਅਪਰਾਧ ਮੰਨਿਆ ਜਾ ਸਕਦਾ ਹੈ ਹਾਈ ਕੋਰਟ ਨੇ ਕਿਹਾ ਕਿ ਜਦੋਂ ਤੱਕ ਕਿਸੇ ਨੂੰ ਜਨਤਕ ਸਥਾਨ ਤੇ અપਮਾਨ ਕਰਨ ਦੇ ਇਰਾਦੇ ਨਾਲ અપਮਾਨਿਤ ਨਹੀਂ ਕੀਤਾ ਜਾਂਦਾ ਇਹ ਕੋਈ ਅਪਰਾਧ ਨਹੀਂ ਹੋਵੇਗਾ ਐਸ்சிਐਸਟੀ ਐਕਟ ਤਹਿਤ ਲੁਧਿਆਣਾ ਵਿੱਚ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਹਾਈ ਕੋਰਟ ਨੇ ਸੁਣਵਾਈ ਦੌਰਾਨ ਇਹ ਵੱਡਾ ਫੈਸਲਾ ਸੁਣਾਇਆ ਪਟੀਸ਼ਨਰ ਰਜਿੰਦਰ ਕੌਰ ਨੇ ਲੁਧਿਆਣਾ ਅਦਾਲਤ ਦੇ ਹੁਕਮਾਂ ਖਿਲਾਫ ਪਟੀਸ਼ਨ ਪਾਈ ਸੀ ਹਾਈ ਕੋਰਟ ਦਾ ਚੌਥਾ ਫੈਸਲਾ ਵਿਵਤਾ ਜੋੜੇ ਦੇ ਮਾਮਲੇ ਨੂੰ ਲੈ ਕੇ ਹੈ ਅਦਾਲਤ ਨੇ ਕਿਹਾ ਕਿ ਜੀਵਨ ਸਾਥੀ ਤੋਂ ਤਲਾਕ ਲਏ ਬਿਨਾ ਸਹਿਮਤੀ ਦੇ ਸਬੰਧ ਨੂੰ ਦੂਸਰੇ ਵਿਆਹ ਦਾ ਦੋਸ਼ੀ ਠਹਿਰਾਉਣਾ ਆਇਆ ਜਾ ਸਕਦਾ ਹੈ ਪੁਰਸ਼ ਪਹਿਲਾਂ ਤੋਂ ਵਿਆਹਾ ਹੋਇਆ ਤੇ ਉਸ ਦੀ 2 ਸਾਲ ਦੀ ਧੀ ਵੀ ਹੈ ਇਸ ਨੂੰ ਵੇਖਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਦੇ ਰਹਿਣ ਵਾਲੇ ਵਿਅਕਤੀ ਦੀ ਸੁਰੱਖਿਆ ਨਾਲ ਜੁੜੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਪਟੀਸ਼ਨ ਕਰਤਾ ਨੇ ਦੂਜੀ ਔਰਤ ਨਾਲ ਸਬੰਧਾਂ ਦੇ ਚੱਲਦੇ ਆ ਰਿਸ਼ਤੇਦਾਰਾਂ ਤੋਂ ਖਤਰਾ ਦੱਸਿਆ ਸੀ ਤੇ ਸੁਰੱਖਿਆ ਦੀ ਮੰਗ ਕੀਤੀ ਸੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਪਤਨੀ ਨਾਲ ਤਲਾਕ ਦਾ ਮਾਮਲਾ ਫੈਮਿਲੀ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਉਸ ਨੇ ਕਿਹਾ ਸੀ ਪਰਿਵਾਰ ਦੇ ਮੈਂਬਰ ਇਸ ਰਿਸ਼ਤੇ ਨੂੰ ਨਹੀਂ ਮੰਨ ਰਹੇ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਨੇ ਇਸ ਕਰਕੇ ਸੁਰੱਖਿਆ ਦਿੱਤੀ ਜਾਵੇ ਪਰ ਹਾਈ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਰਾਹਤ ਨਹੀਂ ਮਿਲੇਗੀ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹੁਣ ਚਿੱਠੀ ਲਿਖ ਕੇ 20 ਦਿਨ ਦਾ ਅਲਟੀਮੇਟਮ ਦਿੱਤਾ ਹੈ ਰਾਜਵਾਨਾ ਨੇ ਆਪਣੀ ਭੈਣ ਕਮਲਦੀਪ ਕੌਰ ਦੇ ਜ਼ਰੀਏ ਸੁਨੇਹਾ ਭੇਜਿਆ ਕਿ ਜੇਕਰ 20 ਦਿਨਾਂ ਦੇ ਅੰਦਰ-ਅੰਦਰ ਕੋਈ ਹੱਲ ਨਹੀਂ ਨਿਕਲਦਾ ਤਾਂ ਉਹ ਭੁੱਖ ਹੜਤਾਲ ਤੇ ਹਰ ਹਾਲਤ ਵਿੱਚ ਬੈਠ ਜਾਣਗੇ ਭੈਣ ਕਮਲਦੀਪ ਕੌਰ ਨੇ ਦੱਸਿਆ ਕਿ ਉਹਨਾਂ ਦੇ ਭਰਾ ਰਾਜਵਾਨਾ ਨੇ ਜਥੇਦਾਰ ਸਾਹਿਬ ਦੇ ਹੁਕਮਾਂ ਦਾ ਸਤਿਕਾਰ ਕਰਦੇ ਹੋਏ 20 ਦਿਨ ਦਾ ਹੋਰ ਸਮਾਂ ਦਿੱਤਾ ਹੈ ਦਰਅਸਲ ਬੰਦੀ ਛੋੜ ਦਿਹਾੜੇ ਵਾਲੇ ਦਿਨ ਜਥੇਦਾਰ ਅਕਾਲ ਤਖਤ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਸੀ ਉਸ ਦੇ ਵਿੱਚ ਉਹਨਾਂ ਨੇ ਐਸਜੀਪੀਸੀ ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਉਹ ਰਾਜਵਾਨਾ ਦੀ ਰਿਹਾਈ ਨੂੰ ਲੈ ਕੇ ਕੋਸ਼ਿਸ਼ਾਂ ਤੇਜ਼ ਕਰਨ ਹੋਰ ਜਥੇ ਬੰਦੀਆਂ ਨਾਲ ਮੀਟਿੰਗ ਕਰਕੇ ਠੋਸ ਰਣਨੀਤੀ ਬਣਾਉਣਾ ਇਸ ਦੇ ਨਾਲ ਹੀ ਦਿੱਲੀ ਕਮੇਟੀ ਨੂੰ ਵੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀ ਕਿ ਉਹ ਆਪਣੀ ਆਪਣੇ ਜਿਹੜੇ ਲਿੰਕ ਹੈਗੇ ਨੇ ਸਰਕਾਰ ਦੇ ਨਾਲ ਸੈਂਟਰ ਦੇ ਲੀਡਰਾਂ ਦੇ ਨਾਲ ਉਹਨਾਂ ਦੀ ਵਰਤੋਂ ਕਰਕੇ ਇਸ ਮਾਮਲੇ ਨੂੰ ਛੇਤੀ ਹੱਲ ਕਰਵਾਉਣ ਦਾ ਯਤਨ ਕਰਨ ਤੇ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਇਸ ਤੋਂ ਪਹਿਲਾਂ ਸ਼੍ਰੀ ਕਾਲ ਤੱਕ ਸੈਵਨ ਨੂੰ ਭੇਜੀ ਗਈ ਚਿੱਠੀ ਦੇ ਵਿੱਚ ਰਾਜਵਾਨਾ ਨੇ 10 ਦਿਨ ਦਾ ਸਮਾਂ ਦਿੱਤਾ ਸੀ ਉਸ ਤੋਂ ਬਾਅਦ ਜੇ ਸ਼੍ਰੋਣੀ ਕਮੇਟੀ ਉਹਨਾਂ ਦੀ ਪਟੀਸ਼ਨ ਵਾਪਸ ਨਹੀਂ ਲੈਂਦੀ ਤਾਂ ਉਹਨਾਂ ਨੇ ਜੇਲ੍ਹ 'ਚ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਉਹਨਾਂ ਨੇ ਇਹ ਜਿਹੜਾ ਅਲਟੀਮੇਟਮ ਹੈ ਉਸ ਨੂੰ ਵਧਾ ਦਿੱਤਾ ਹੈ ਰਾਜਵਾਨਾ ਚਾਹੁੰਦੇ ਨੇ ਕਿ 12 ਸਾਲ ਪਹਿਲਾਂ ਜਿਹੜੀ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਵਾਉਣ ਵਾਲੀ ਪਟੀਸ਼ਨ ਐਸਜੀਪੀਸੀ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਪਾਈ ਗਈ ਸੀ ਉਸ ਨੂੰ ਵਾਪਸ ਲਿਆ ਜਾਵੇ ਕਿਉਂਕਿ 12 ਸਾਲਾਂ ਦੇ ਵਿੱਚ ਵੀ ਨਿਵੇੜਾ ਨਹੀਂ ਹੋਇਆ ਹਾਲਾਂਕਿ ਸੁਪਰੀਮ ਕੋਰਟ ਸੁਣਵਾਈਆਂ ਦੌਰਾਨ ਕਈ ਵਾਰ ਰਹੀ ਹੈ ਕਹਿ ਚੁੱਕੀ ਹੈ ਕਿ ਇਸ ਮਾਮਲੇ ਦਾ ਛੇਤੀ ਨਿਪਟਾਰਾ ਕੀਤਾ ਜਾਵੇ ਇਸ ਪਟੀਸ਼ਨ ਤੇ ਛੇਤੀ ਫੈਸਲਾ ਲਿਆ ਜਾਵੇ ਪਰ ਸੈਂਟਰ ਸਰਕਾਰ ਹਰ ਵਾਰੀ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਜਿਹੜਾ ਹੈਗਾ ਇਸ ਮਾਮਲੇ ਤੇ ਕੋਈ ਫੈਸਲਾ ਨਹੀਂ ਲੈਂਦੀ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੁਲਾਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਇੱਕ ਵਾਰੀ ਮੁੜ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਤਕਰੀਬਨ 2.5 ਘੰਟੇ ਤੱਕ ਖੈਰਾ ਦੇ ਵਕੀਲ ਅਤੇ ਪੰਜਾਬ ਦੇ ਏਜੀ ਗੁਰਮਿੰਦਰ ਸਿੰਘ ਦਰਮਿਆਨ ਅਦਾਲਤ ਦੇ ਵਿੱਚ ਬਹਿਸ ਹੋਈ ਸੁਣਵਾਈ ਹੋਈ ਜਿਸ ਤੋਂ ਬਾਅਦ ਸ਼ੁੱਕਰਵਾਰੀਆਂ ਨੂੰ 17 ਨਵੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਫੈਸਲਾ ਟਾਲ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ 2 ਨਵੰਬਰ ਨੂੰ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਤੇ ਫੈਸਲਾ ਸੁਣਾਉਣਾ ਸੀ ਪਰ ਪੰਜਾਬ ਸਰਕਾਰ ਦੇ ਵਕੀਲ ਨੇ ਨਵੇਂ ਸਬੂਤ ਮਿਲਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਫੈਸਲਾ 6 ਨਵੰਬਰ ਲਈ ਰੱਖਵਾ ਰੱਖ ਲਿਆ ਗਿਆ ਸੀ ਇਸ ਦਿਨ ਅਦਾਲਤ ਨੇ ਖਹਿਰਾ ਦੀਆਂ ਦੋਵੇਂ ਪਟੀਸ਼ਨਾਂ ਨੂੰ ਇਕੱਠਾ ਕਰ ਦਿੱਤਾ ਸੀ ਮਿਲਾ ਦਿੱਤਾ ਸੀ ਜਿਸ ਵਿੱਚ ਜ਼ਮਾਨਤ ਅਤੇ ਆਪਣੇ ਖਿਲਾਫ ਕੇਸ ਰੱਦ ਕਰਨ ਦੀ ਮੰਗ ਖਹਿਰਾ ਦੇ ਵੱਲੋਂ ਕੀਤੀ ਗਈ ਸੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲਈ ਫੰਡਿੰਗ ਦੇ ਮਾਮਲੇ ਵਿੱਚ ED ਨੇ ਕੁਝ ਦਿਨ ਪਹਿਲਾਂ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਚਾਰਜਸ਼ੀਟ ਵੀ ਦਾਖਲ ਕੀਤੀ ਸੀ ਕਾਂਗਰਸ ਵਿਧਾਇਕ ਖੈਰਾ ਨੂੰ 2015 ਦੇ ਪੁਰਾਣੇ NDPS ਮਾਮਲੇ ਵਿੱਚ ਜਲਾਲਾਬਾਦ ਪੁਲਿਸ ਨੇ 28 ਸਤੰਬਰ ਨੂੰ ਚੰਡੀਗੜ੍ਹ ਵਿੱਚ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ ਇਸ ਗ੍ਰਿਫਤਾਰੀ ਨੂੰ ਖੈਰਾ ਸਮੇਤ ਪੂਰੇ ਪਰਿਵਾਰ ਤੇ ਕਾਂਗਰਸ ਪਾਰਟੀ ਨੇ ਸਿਆਸੀ ਬਦਲਾਖੋਰੀ ਦਾ ਨਾਮ ਦਿੱਤਾ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇੱਕ ਵਾਰੀ ਫੇਰ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਭਾਰਤ ਤੇ ਲੱਗੇ ਇਲਜ਼ਾਮਾਂ ਨੂੰ ਦੁਹਰਾਏ ਜਾਣ ਤੋਂ ਬਾਅਦ ਭਾਰਤ ਨੇ ਕੈਨੇਡ ਨਫ਼ਰਤ ਨਾ ਫੈਲਾਉਣ ਦੀ ਸਲਾਹ ਦਿੱਤੀ ਹੈ ਭਾਰਤ ਨੇ ਕੈਨੇਡਾ ਨੂੰ ਪੂਜਾ ਸਥਾਨਾਂ ਤੇ ਹਮਲਿਆਂ ਤੇ ਨਫ਼ਰਤ ਭਰੇ ਭਾਸ਼ਣ ਨੂੰ ਅਸਰਦਾਰ ਢੰਗ ਨਾਲ ਰੋਕਣ ਲਈ ਕਿਹਾ ਹੈ ਸੰਯੁਕਤ ਰਾਸ਼ਟਰ ਦੇ ਵਿੱਚ ਮਨੁੱਖੀ ਅਧਿਕਾਰ ਕੌਂਸਲ ਦੀ ਸਮੀਖਿਆ ਮੀਟਿੰਗ ਦੌਰਾਨ ਭਾਰਤੀ ਡਿਪਲੋਮੈਟ ਮੁਹੰਮਦ ਹੁਸੈਨ ਨੇ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਕੈਨੇਡਾ ਆਪਣੀ ਧਰਤੀ ਤੇ ਧਾਰਮਿਕ ਸਥਾਨਾਂ ਤੇ ਹੋ ਰਹੇ ਹਮਲਿਆਂ ਨੂੰ ਰੋਕੇ ਪ੍ਰਗਟਾਵੇ ਦੀ ਆਜ਼ਾਦੀ ਦੀ ਕਥਿਤ ਦੁਰਵਰਤੋਂ ਬੰਦ ਕਰੇ ਇਸ ਬਾਰੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਸਮੀਖਿਆ ਮੀਟਿੰਗ ਦੌਰਾਨ ਮਤਾ ਪੇਸ਼ ਕੀਤਾ ਗਿਆ ਜਿੱਥੇ ਭਾਰਤ ਬੰਗਲਾ ਅੰਕਾ ਦੇ ਡਿਪਲੋਮੇਟਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਦਰਅਸਲ 2 ਦਿਨ ਪਹਿਲਾਂ ਜਸਟਨ ਟਰੂਡੋ ਨੇ ਰਾਜਧਾਨੀ ਆਟਵਾ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਕੈਨੇਡਾ ਨਿਜਰ ਮਾਮਲੇ ਦੇ ਵਿੱਚ ਭਾਰਾ ਦਾ ਪੂਰਨ ਸਹਿਯੋਗ ਚਾਹੁੰਦਾ ਹੈ ਆਪਣੇ ਦਿੱਤੇ ਬਿਆਨ ਦੇ ਉੱਤੇ ਕਾਇਮ ਹੈ ਤੇ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਹਾਲਾਂਕਿ ਭਾਰਤ ਦੇ ਭਾਰਤ ਨੇ ਟਰੂਡੋ ਦੇ ਤਾਜ਼ਾ ਬਿਆਨਾਂ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਇੱਕ ਡੇਰੇ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਮੁਖੀ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਭੜਕੇ ਲੋਕਾਂ ਨੇ ਮੁਲਜ਼ਮਾਂ ਆਦਾ ਨੂੰ ਬੁਰੀ ਤਰ੍ਹਾਂ ਕੁੱਟਿਆ ਪੁਲਿਸ ਨੇ ਕਾਫੀ ਮੁਸ਼ਕਲ ਤੋਂ ਬਾਅਦ ਮੁਸਲਮਾਨوں ਨੂੰ ਲੋਕਾਂ ਤੋਂ ਛਡਵਾਇਆ ਡੇਰੇ ਵਿੱਚ ਗੁਟਕਾ ਸਾਹਿਬ ਦੇ ਅੰਗ ਭੰਗ ਹੋਏ ਮਿਲੇ ਦਿਵਾਲੀ ਵਾਲੇ ਦਿਨ ਪਿੰਡ ਦਾਨ ਸਿੰਘ ਵਾਲਾ ਵਿੱਚ ਭਾਈ ਬਖਤੌਰ ਦਾਸ ਦੇ ਡੇਰੇ ਵਿੱਚ ਪਿੰਡ ਦੇ ਸੰਧੂ ਪਰਿਵਾਰ ਨੇ ਸ਼੍ਰੀ ਖੰਡਪਾਠ ਸਾਹਿਬ ਰਖਵਾਏ ਸਨ ਮਹੰਤ ਬਖਤੌਰ ਦਾਸ ਦੇ ਵੱਲੋਂ ਡੇਰੇ ਵਿੱਚ ਪਾਠ ਮੌਕੇ ਸ਼ਰਾਬ ਪੀ ਕੇ ਪਾਠ ਕਰਨ ਦਾ ਮਾਮਲਾ ਸਾਹਮਣੇ ਆਉਣ ਤੇ ਮਾਹੌਲ ਤਣਾਅਪੂਰਨ ਬਣ ਗਿਆ ਸੀ ਪਰਿਵਾਰ ਨੇ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਿਕਾਇਤ ਕੀਤੀ ਫਿਰ ਉਥੋਂ ਪੰਜ ਪਿਆਰੇ ਪਹੁੰਚੇ ਪੰਜ ਪਿਆਰੇ ਹਾਜ਼ਰੀ ਵਿੱਚ ਡੇਰੇ ਦੀ ਤਲਾਸ਼ੀ ਲਈ ਗਈ ਤਾਂ ਡੇਰੇ ਦੇ ਕਮਰੇ ਵਿੱਚ ਪਏ ਟਰੰਕ ਦੇ ਵਿੱਚੋਂ ਗੁਟਕਾ ਸਾਹਿਬ ਦੀ ਬੇਅਦਬੀ ਮਿਲੀ ਗੁਟਕਾ ਸਾਹਿਬ ਦੇ ਉੱਤੇ ਗੁਰਬਾਣੀ ਦੀ ਪੋਥੀ ਦੇ ਉੱਤੇ ਜੁੱਤੇ ਰੱਖੇ ਹੋਏ ਸਨ ਤਿੰਨ ਮੁਲਜ਼ਮਾਂ ਦੇ ਵਿੱਚੋਂ ਦੋ ਕਾਬੂ ਕੀਤੇ ਗਏ ਇੱਕ ਫ੍ਰਾਂਸੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਡੇਰੇ ਦੇ ਮਹੰਤ ਬਖਤੌਰ ਸਿੰਘ ਇੱਕ ਹੋਰ ਪਾਠੀ ਬਿੱਟੂ ਸਿੰਘ ਅਤੇ ਇੱਕ ਹੋਰ ਪਾਠੀ ਜਤੂਰੀ ਦਾ ਰਹਿਣ ਵਾਲਾ ਇਨਾਤੇ ਬੇਅਦਬੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ 12 ਨਵੰਬਰ ਨੂੰ ਬੰਦੀਛੋੜ ਦਿਹਾੜੇ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਇੱਕ ਨਿਹੰਗ ਸਿੰਘ ਦੇ ਵੱਲੋਂ ਬਿਨਾਂ ਇਜਾਜ਼ਤ ਮਾਈਕ ਤੇ ਬੋਲਣ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗੰਗਵੀਰ ਸਿੰਘ ਨੇ ਸਖਤ ਨੋਟਿਸ ਲਿਆ ਸੀ ਇਸ ਮਾਮਲੇ ਦੇ ਵਿੱਚ ਕੁਝ ਨਿਹੰਗ ਜਥੇਬੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈਆਂ ਜਿਸ ਨਿਹੰਗ ਸਿੰਘ ਨੇ ਮਾਈਕ ਲੈ ਕੇ ਇਹ ਐਲਾਨ ਕੀਤਾ ਸੀ ਉਸ ਦਾ ਨਾਮ ਸੁਖਚੈਨ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਸ ਦਾ ਸੰਬੰਧ ਬੁੱਢਾ ਦਲ ਦੇ ਨਾਲ ਦੱਸਿਆ ਗਿਆ ਉਹ ਆਪ ਦਾ ਸ਼੍ਰੀ ਅਕਾਲ ਤਖਤ ਤੇ ਨਈ ਪੇਸ਼ ਹੋਇਆ ਰਿਸ਼ਤੇਦਾਰ ਪੇਸ਼ ਹੋਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਸੁਖਚੈਨ ਸਿੰਘ ਦੀ ਇਸ ਹਰਕਤ ਨੂੰ ਜਾਇਜ਼ ਨਹੀਂ ਠਹਿਰਾ ਸਕਦੇ ਉਹਨਾਂ ਨੇ ਸੁਖਚੈਨ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਕਰਵਾਏ ਜਾਣ ਦਾ ਜਿਹੜਾ ਹੈਗਾ ਦਾਵਾ ਕੀਤਾ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਜਥੇਦਾਰ ਸਾਹਿਬ ਉਸ ਖਿਲਾਫ ਕਾਰਵਾਈ ਕਰ ਸਕਦੇ ਨੇ ਹਾਲਾਂਕਿ ਜਦੋਂ ਇਹ ਨਿਹੰਗ ਸਿੰਘ ਜਥੇਬੰਦੀਆਂ ਅਕਾਲ ਤਖਤ ਸਾਹਿਬ ਤੇ ਪਹੁੰਚੀਆਂ ਨੇ ਜਿਹੜੀਆਂ ਕਿ ਨਿਹੰਗ ਸਿੰਘ ਦੀਆਂ ਰਿਸ਼ਤੇਦਾਰ ਦੱਸੀਆਂ ਜਾ ਰਹੀਆਂ ਨੇ ਉਸ ਵਕਤ ਗਿਆਨੀ ਰਗਵੀਰ ਸਿੰਘ ਮੌਜੂਦ ਨਹੀਂ ਸਨ ਜਿਹੜਾ ਜਥੇਦਾਰ ਸਾਹਿਬ ਦੇ ਦਫ਼ਤਰ ਦੇ ਵੱਲੋਂ ਦੱਸਿਆ ਗਿਆ ਕਿ 2 ਦਿਨ ਲਈ ਹਰਿਆਣਾ ਗਏ ਹੋਏ ਨੇ 12 ਨਵੰਬਰ ਸ਼ਾਮ ਨੂੰ ਅਕਾਲੀ ਦਲ ਦੇ ਸੀਨੀਅਰ ਲੀਡਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸਜੀਪੀਸੀ ਨੂੰ ਇਸ ਸਬੰਧੀ ਸ਼ਿਕਾਇਤ ਲਾਈ ਸੀ ਕਿਉਂਕਿ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਸੀ ਕਿ ਜਥੇਦਾਰ ਸਾਹਿਬ ਦੇ ਕੌਮ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਉੱਥੇ ਮੌਜੂਦ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਇੱਕ ਨਿਹੰਗ ਸਿੰਘ ਫਸੀਲ ਤੇ ਖੜੇ ਹੋ ਕੇ ਮਾਈਕ ਦੇ ਵਿੱਚ ਬੋਲਣ ਲੱਗ ਪਏ ਸਨ ਹਾਲਾਂਕਿ ਸੇਵਾਦਾਰਾਂ ਨੇ ਮਾਈਕ ਨੂੰ ਬੰਦ ਕਰ ਦਿੱਤਾ ਸੀ ਪਰ ਉਹਨਾਂ ਨੇ ਉੱਥੋਂ ਇੱਕ ਐਲਾਨ ਕੀਤਾ ਸੀ ਇੱਕ ਨਿਹੰਗ ਸਿੰਘ ਮੁਖੀ ਦਾ ਨਾਮ ਲੈ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨ ਦਿੱਤਾ ਸੀ ਜਿਸ ਤੇ ਥੱਲੇ ਖੜੇ ਨਿਹੰਗ ਸਿੰਘਾਂ ਨੇ ਜਕਾਰੇ ਵੀ ਗੂੰਜਾਏ ਸਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤੁਰੰਤ ਨੋਟਿਸ ਇਸ ਘਟਨਾ ਦਾ ਲਿਆ ਗਿਆ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਾ ਬਲਵਿੰਦਰ ਕੌਰ ਇੱਕ ਵਾਰੀ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਅਤੇ ਇਥੋਂ ਚਲਦੀ ਵਹੀਰ ਦਾ ਵੀ ਐਲਾਨ ਕਰ ਦਿੱਤਾ ਮਾ ਬਲਵਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਅਕਾਲ ਤਖਤ ਸਾਹਿਬ ਤੋਂ ਬਾਅਦ ਹੁਣ 19 ਨਵੰਬਰ ਨੂੰ ਸਵੇਰੇ 10:30 ਵਜੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਹੋਵੇਗਾ ਤੇ ਇਸ ਸਮਾਗਮ ਦੇ ਵਿੱਚ 18 ਨਵੰਬਰ ਸ਼ਨੀਚਾਰਵਾਰ ਦੁਪਹਿਰੇ 12:30 ਵਜੇ ਗੁਰਦੁਆਰਾ ਪਿੰਡ ਜੱਲੂਪੁਰ ਖੇੜਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਖਾਲਸਾ ਵਹੀਰ ਵੀ ਰਵਾਨਾ ਹੋਵੇਗੀ ਅਮਰਿਤਪਾਲ ਸਿੰਘ ਨੇ ਪਿੰਡ ਰੋਡੇ ਵਿੱਚ ਸੰਤ ਪਿੰਡਰਾਂ ਵਾਲਾ ਦੇ ਜਨਮ ਸਥਾਨ ਤੇ ਬੋਲਦੇ ਹੋਏ ਅਪੀਲ ਕੀਤੀ ਸੀ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਅੰਮ੍ਰਿਤ ਸੰਚਾਰ ਜਾਰੀ ਰੱਖਿਆ ਜਾਵੇ ਸਰਕਾਰਾਂ ਦੀ ਇਹ ਹਾਰ ਹੋਵੇਗੀ ਤੇ ਖਾਲਸਾ ਪੰਥ ਦੀ ਜਿੱਤ ਹੋਵੇਗੀ ਅਮਰਿਤਪਾਲ ਦੀ ਮਾਂ ਬਲਵਿੰਦਰ ਕੌਰ ਨੇ ਸਾਰੇ ਸੰਗਤ ਨੂੰ 16 ਨਵੰਬਰ ਨੂੰ 11 ਵਜੇ ਜੱਲੂਪੁਰ ਖੇੜਾ ਪਿੰਡ ਵਿੱਚ ਪਹੁੰਚਣ ਦੀ ਵੀ ਅਪੀਲ ਕੀਤੀ ਹੈ ਤੇ ਕਿਹਾ ਕਿ ਜੱਲੂਪੁਰ ਖੇੜਾ ਦੇ ਗੁਰੂ ਘਰ ਦੇ ਵਿੱਚ ਸੰਗਤ ਪਹੁੰਚੇ ਉਹਨਾਂ ਦੇ ਪੁੱਤਰ ਅਮਰਿਤਪਾਲ ਸਿੰਘ ਦੇ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਛਡਾਊ ਮੁਹਿੰਮ ਦੇ ਵਿੱਚ ਸਾਰੇ ਸ਼ਾਮਲ ਹੋਣ ਮਾਂ ਬਲਵਿੰਦਰ ਕੌਰ ਨੇ ਇਲਜ਼ਾਮ ਲਾਇਆ ਕਿ ਅਮਰਿਤਪਾਲ ਸਿੰਘ ਦੇ ਖਿਲਾਫ ਇੱਕ ਜਾਲ ਬੁਣਿਆ ਗਿਆ ਹੈ ਉਸ ਦੇ ਚੰਗੇ ਕੰਮ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਇਸੇ ਬਹਾਨੇ ਉਸ ਖਿਲਾਫ ਐਨਐਸਏ ਲਾ ਕੇ ਗ੍ਰਿਫਤਾਰ ਕੀਤਾ ਗਿਆ ਨਾਸ਼ੇ ਸ਼ਰਾਬੇ ਤੇ ਅਮਰਤ ਅਮਰਿਤ ਸ਼ਿਕਾਣਾ ਗੁਰੂ ਨਾਲ ਜੋੜਨਾ ਤੇ ਮਤਲਬ ਅਮਰਤ ਸੰਚਾਰ ਕਰਾਉਣਾ ਨਾਸ਼ੇ ਸ਼ਰਾਬੇ ਇਹ ਦੋ ਹੀ ਉਹਨਾਂ ਦੇ ਮਕਸਦ ਵਾ ਬਾਕੀ ਉਹਨਾਂ ਦਾ ਇਹ ਰਾਜਨੀਤੀ ਵਾਲਾ ਹੁੰਦਾ ਕੋਈ ਮਕਸਦ ਨਹੀਂ ਹੈ ਖਾਲਸਾਤਨ ਕੋਈ ਮੰਗ ਵਿੱਚ ਉਹਦੇ ਚ ਕੋਈ ਸਿੱਖਾਂ ਦਾ ਹੀ ਥੋੜਾ ਵਾ ਹਿੰਦੂਆਂ ਦਾ ਖਾਲਸਾ ਰਾਜ ਖਾਲਸਾ ਰਾਜ ਮੰਗਣਾ ਕੋ ਮਾੜੀ ਗੱਲ ਆ ਸਭ ਦੇ ਲਈ ਹੈ ਖਾਲਸਾ ਰਾਜ ਉਹ ਤੇ ਸਰਕਾਰ ਨੇ ਉਹਦੇ ਵਿੱਚ ਹਿੰਦੂ ਵੀ ਸਾਰੇ ਸਾਰੇ ਖਾਲਸਾ ਰਾਜ ਹੀ ਆਉਂਦੇ ਆ ਰਾਜਾ ਰਣਜੀਤ ਸਿੰਘ ਦਾ ਰਾਜ ਕਿੱਡਾ ਵਧੀਆ ਸੀ ਉਹ ਚ ਸਾਰੇ ਹਿੰਦੂ ਵੀ ਸਿੱਖ ਵੀ ਸਾਰੇ ਸਰਕਾਰਾਂ ਦੇ ਹੋਰ ਕੋਈ ਕਸ਼ ਕਹਿੰਦੀ ਹੈ ਇਹ ਮਾਹੌਲ ਗਾਦਾ ਖਰਾਬ ਕੀਤਾ ਗਿਆ ਨੌਜਵਾਨ ਬਚ ਰਹੇ ਇਹ ਮਾਹੌਲ ਨੂੰ ਲੱਗਦਾ ਹੈ ਹੁਣ ਮਰਨ ਦੇ 8 ਮਹੀਨੇ ਹੋ ਗਏ ਹੁਣ ਤੇ ਸਰਕਾਰਾਂ ਨੂੰ ਕੁਝ ਦਿਸਦਾ ਨਹੀਂ ਕਿ ਅਸੀਂ ਬਚਾਈਏ ਭਾਈ ਸਾਹਿਬ ਦਾ ਇਹ ਹੀ ਮਤਲਬ ਫੈਸਲਾ ਸੀ ਗ੍ਰਿਫਤਾਰੀ ਦੇਣ ਦੇ ਸਮੇਂ ਵੀ ਵੀ ਅਮਰ ਦਸਨ ਚਾਹ ਦੀ ਜਿਹੜੀ ਲਹਿਰ ਆ ਉਹ ਬੰਦ ਨਹੀਂ ਹੋਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਤੋਂ ਬਾਅਦ ਹੁਣ ਯੂਥ ਅਕਾਲੀ ਦਲ ਦੇ ਵਿੱਚ ਬਲਾਕ ਜਾਂ ਜ਼ਿਲ੍ਹਾ ਪ੍ਰਧਾਨ ਚੁਣਨ ਦੇ ਲਈ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਪਵੇਗੀ ਨਾ ਹੀ ਕੋਈ ਸਿਫਾਰਿਸ਼ ਮੰਨੀ ਜਾਵੇਗੀ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਜੋੜਨ ਦੇ ਲਈ ਆਨਲਾਈਨ ਡਰਾਈਵ ਸ਼ੁਰੂ ਕਰ ਦਿੱਤੀ ਹੈ ਸੁਖਬੀਰ ਬਾਦਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਨਗਰ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਦੇ ਵਿੱਚ 50% ਦੀ ਟਿਕਟਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਇਸ ਵਾਰ ਹਲਕਾ ਇੰਚਾਰਜ ਦੀ ਲਿਸਟ ਵਿੱਚ 37 ਦੇ ਕਰੀਬ ਨੌਜਵਾਨ ਨੇ ਅਕਾਲੀ ਦਲ ਦੇ ਯੂਥ ਜ਼ਿਲ੍ਹਾ ਪ੍ਰਧਾਨਾਂ ਦੇ ਚੋਣ ਦੇ ਲਈ ਵੀ ਹੁਣ 35 ਸਾਲ ਤੋਂ ਵੱਧ ਉਮਰ ਦਾ ਲੀਡਰ ਅਪਲਾਈ ਨਹੀਂ ਕਰ ਸਕੇਗਾ ਬਲਾਕ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਹੋਵੇਗੀ ਪਾਰਟੀ ਪ੍ਰਧਾਨ ਨੇ ਕਿਹਾ ਕਿ ਆਨਲਾਈਨ ਮੈਂਬਰਸ਼ਿਪ ਅਪਲਾਈ ਕਰਨ ਦੀ ਤਰੀਕ ਹੈ ਜਿਹੜੀ 31 ਦਸੰਬਰ ਹੋਵੇਗੀ ਅਖੀਰਲੀ ਤਰੀਕ 31 ਦਸੰਬਰ ਹੋਵੇਗੀ 250 ਨੌਜਵਾਨਾਂ ਨੂੰ ਯੂਥ ਅਕਾਲੀ ਦਲ ਦੇ ਨਾਲ ਜੋੜਿਆ ਜਾਵੇਗਾ ਤੇ ਡੈਲੀਗੇਟ ਚੁਣ ਆ ਜਾਵੇਗਾ ਜ਼ਿਲ੍ਹਾ ਪ੍ਰਧਾਨ ਉਹੀ ਬਣ ਸਕੂਗਾ ਜੋ 2000 ਡੈਲੀਗੇਟਸ ਨੂੰ ਨਾਮਜ਼ਦ ਕਰੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਯੂਥ ਵਿੰਗ ਨੂੰ ਕਿਹਾ ਕਿ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਨਾਲ ਜੁੜਨ ਅਤੇ ਜਦੋਂ ਵੀ ਪਾਰਟੀ ਦੇ ਵੱਲੋਂ ਕੋਈ ਵੀਡੀਓ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਲਾਈਕ ਕਰਨ ਅਤੇ ਸਾਂਝਾ ਵੀ ਕਰਨ ਪੰਜਾਬ ਦੇ ਨਾਲ ਪੂਰੇ ਦੇਸ਼ ਦੇ ਵਿੱਚ ਕਈ ਥਾਵਾਂ ਤੇ ਵਾਰਦਾਤਾਂ ਘਟਨਾਵਾਂ ਹਾਦਸੇ ਵਾਪਰੇ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਹਾਂ ਪਹਿਲੀ ਖਬਰ ਲੁਧਿਆਣਾ ਤੋਂ ਹੈ ਜਿੱਥੇ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਹਵਾਲਾਤੀਆਂ ਦੇ ਵਿਚਾਲੇ ਤੇ ਖੀਚੜ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਇੱਕ ਕੈਦੀ ਦਾ ਇਲਾਜ ਕਰਵਾਉਣ ਦੇ ਲਈ ਪੁਲਿਸ ਉਸਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੀ ਕੈਦੀ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚ ਗਏ ਕਾਫੀ ਹੰਗਾਮਾ ਹੋਇਆ ਪੁਲਿਸ ਦਾਵਾ ਕਰ ਰਹੀ ਹੈ ਕਿ ਜੇਲ੍ਹ ਦੇ ਵਿੱਚ ਕੈਦੀ ਆਪਸ ਦੇ ਵਿੱਚ ਝੜ ਗਏ ਜਦਕਿ ਪਰਿਵਾਰ ਵਾਲਿਆਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਹੀ ਉਹਨਾਂ ਦੇ ਮੁੰਡੇ ਦੇ ਸਿਰ 'ਚ ਡੰਡਾ ਮਾਰ ਕੇ ਜ਼ਖਮੀ ਕੀਤਾ ਹੈ ਤੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਬਿਨਾਂ ਹੀ ਪੁਲਿਸ ਜ਼ਖਮੀ ਕੈਦੀ ਨੂੰ ਕੈਮਰਿਆਂ ਤੋਂ ਬਚਾਉਂਦੀ ਹੋਈ ਵਾ ਖਬਰ ਹੈ ਜਿੱਥੇ ਸੁਰੱਖਿਆ ਨੂੰ ਲੈ ਕੇ ਇੱਕ ਨੌਜਵਾਨ 2 ਦਿਨ ਲਗਾਤਾਰ ਪੁਲਿਸ ਦੇ ਚੱਕਰ ਕੱਟਦਾ ਰਿਹਾ ਜਿਸ ਨੂੰ ਇਲਾਕੇ ਵਿੱਚ ਨਸ਼ਾ ਸਮਗਲਰਾਂ ਦੀਆਂ ਧਮਕੀਆਂ ਮਿਲ ਰਹੀਆਂ ਸਨ 48 ਘੰਟੇ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਉਸ ਤੋਂ ਬਾਅਦ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੋ ਗਏ ਤੇ ਸੋਮਵਾਰ ਨੂੰ ਰੋਹਿਤ ਨੂੰ ਗੋਲੀਆਂ ਨਾਲ ਖਤਮ ਕਰ ਦਿੱਤਾ ਗਿਆ ਦੋ ਗੋਲੀਆਂ ਲੱਗੀਆਂ ਸਨ ਨਜੀ ਹਸਪਤਾਲ ਲਿਜਾਇਆ ਗਿਆ ਪਰ ਜਾਨ ਨਹੀਂ ਬਚ ਸકી ਤੇ ਹੁਣ ਗੱਲ ਉਸ ਦਰਦਨਾਖਾਦ ਸੇਜ ਦੀ ਜਿਦੇ ਵਿੱਚ ਦੋ ਸਕੇ ਭਰਾ ਤੇ 7 ਸਾਲ ਦੀ ਬੱਚੀ ਦੀ ਜਾਨ ਚਲੀ ਗਈ ਫਿਰੋਜ਼ਪੁਰ ਦੇ ਮੱਖੂ ਦੇ ਪਾਵਰ ਹਾਊਸ ਦੇ ਸਾਹਮਣੇ ਤਸਕਰਾਂ ਦੀ ਕਾਰ ਨੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ ਇਹਦੇ ਵਿੱਚ ਦੋ ਸਕੇ ਭਰਾਵਾਂ ਸਮੇਤ ਤਿੰਨ ਜਣਿਆਂ ਦੀ ਜਾਨ ਚਲੀ ਗਈ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਦੀ ਟੀਮ ਤਸਕਰਾਂ ਦੀ ਕਾਰ ਦਾ ਪਿੱਛਾ ਕਰ ਰਹੀ ਸੀ ਤੇ ਤਸਕਰਾਂ ਦੀ ਕਾਰ ਦੇ ਸਾਹਮਣੇ ਇੱਕ ਬਾਈਕ ਆ ਗਈ ਬਾਈਕ ਤੇ ਤਿੰਨ ਜਣੇ ਸਵਾਰ ਸਨ ਪਿੰਡ ਕੁਦੂਵਾਲਾ ਦੇ ਰਹਿਣ ਵਾਲੇ ਅਮਰ ਸਿੰਘ ਕੁਲਵੀਰ ਸਿੰਘ ਦੋਵੇਂ ਭਰਾ ਤੇ ਇੱਕ ਇੱਕ ਇਹਨਾਂ ਵਿੱਚੋਂ ਇੱਕ ਜਣੇ ਦੀ 7 ਸਾਲ ਦੀ ਪੋਤੀ ਸੀ ਇਹ ਮੱਖੂ ਪਿੰਡ ਤੋਂ ਭੱਲੂਵਾਲਾ ਜਾ ਰਹੇ ਸਨ ਤੇ ਇਹ ਬਿਨਾਂ ਮਤਲਬ ਜਿਹੜਾ ਹਗਾ ਅਜਾਈ ਜਾਨ ਆਪਣੀ ਗਵਾਗੇ ਨੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਦਾਸਪੁਰ ਦੇ ਪਿੰਡ ਛੋਟਾ ਨੰਗਲ ਦੇ ਵਿਅਕਤੀ ਦੀ ਲਿਬਨਾਨ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੀ ਗਈ ਹੈ ਉਮਰ 45 ਸਾਲ ਸੀ ਨਾਮ ਗੁਰਮੁਖ ਸਿੰਘ ਸੀ 14 ਸਾਲ ਤੋਂ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਹੋਇਆ ਸੀ ਦੋ ਧੀਆਂ ਤੇ ਇੱਕ ਪੁੱਤਰ ਪਿੱਛੇ ਛੱਡ ਗਏ ਨੇ ਘਰ ਦਾ ਗੁਜ਼ਾਰਾ ਫਿਰ ਵੀ ਬੜੀ ਮੁਸ਼ਕਲ ਨਾਲ ਚੱਲਦਾ ਸੀ ਪਰਿਵਾਰ ਨੇ ਹੁਣ ਦੇਹ ਭਾਰਤ ਲਿਆਉਣ ਦੇ ਲਈ ਸਰਕਾਰ ਤੋਂ ਮਦਦ ਮੰਗੀ ਹੈ 28 ਅਕਤੂਬਰ ਨੂੰ ਬਠਿੰਡਾ ਸ਼ਹਿਰ ਦੇ ਮਾਲ ਰੋਡ ਤੇ ਸਥਿਤ ਹਰਮਨ ਅੰਮ੍ਰਿਤਸਰੀ ਕੁਲਚੇ ਦੇ ਮਾਲਕ ਹਰਜਿੰਦਰ ਸਿੰਘ ਉਰਫ ਮੇਲਾ ਆਂਡ ਦੇ ਵਿੱਚ ਸ਼ਾਮਿਲ ਤਿੰਨ ਮੁਲਜ਼ਮਾਂ ਨੂੰ ਬਠਿੰਡਾ ਪੁਲਿਸ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਪਹੁੰਚੀ ਹੈ ਐਸਪੀਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਨੇ ਸੀਆਈਏ ਸਟਾਫ ਇਹਨਾਂ ਤੋਂ ਪੁੱਛਗਿੱਛ ਕਰ ਰਿਹਾ ਹੈ ਮੁਲਜ਼ਮਾਂ ਦੇ ਵਿੱਚ ਪਰਮਜੀਤ ਪੰਮਾ ਕਮਲਦੀਪ ਕਮਲ ਤੇ ਲਵਦੀਪ ਲਵੀ ਸ਼ਾਮਿਲ ਨੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 16 ਨਵੰਬਰ ਤੱਕ ਰਿਮਾਂਡ ਵੀ ਲੈ ਲਿਆ ਗਿਆ ਉੱਤਰਾਖੰਡ ਦੇ ਉੱਤਰ ਕਾਸ਼ੀ ਤੋਂ ਖਬਰ ਹੈ ਜਿੱਥੇ ਬਚਾਅ ਕਰਮਚਾਰੀਆਂ ਨੇ ਅੱਜ ਸਿਲਕਿਆਰਾ ਡੰਡਾਲ گاؤں ਸੁਰੰਗ ਦਾ ਹਿੱਸਾ ਢਾਣ ਤੋਂ ਬਾਅਦ ਦੋ ਦਿਨਾਂ ਤੋਂ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਹੁਣ ਮਲਬੇ ਦੇ ਵਿੱਚ ਹਲਕੇ ਸਟੀਲ ਦੀ ਪਾਈਪ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਸਿਲਕਿਆਰਾ சுரੰਗ ਦੇ ਹਿੱਸੇ ਵਿੱਚ ਡ੍ਰਿਲਿੰਗ ਕੀਤੀ ਜਾਊਗੀ ਇਹ ਪ੍ਰਕਿਰਿਆ ਸ਼ੁਰੂ ਵੀ ਹੋ ਚੁੱਕੀ ਹੈ ਇਹਦੇ ਵਿੱਚ ਪਾਈਪਾਂ ਪਾਈਆਂ ਜਾ ਰਹੀਆਂ ਨੇ ਤਾਂ ਜੋ ਅੰਦਰ ਫਸੇ ਮਜ਼ਦੂਰਾਂ ਨੂੰ ਜਿਉਂਦਾ ਵਾਪਸ ਕੱਢਿਆ ਜਾ ਸਕੇ ਇਸ ਦੀ ਜਾਣਕਾਰੀ ਡੀਐਮ ਅਭਿਸ਼ੇਕ ਰੋਹਿਲਾ ਨੇ ਦਿੱਤੀ ਹੈ ਸਥਿਤੀ ਹੈ ਕੁਝ ਜਾਣਕਾਰੀ ਦੇ ਪਾਏਗੇ ਜੀ ਜੋ ਰੈਸਕਿਊ ਦਾ ਕਾਰਜ ਹੈ ਉਹ ਲਗਾਤਾਰ ਚੱਲ ਰਿਹਾ ਹੈ ਔਰ अभी एक सेफ्टी पैसेज या एक छोटा टनल अंदर पाइप के माध्यम से बनाने का प्रयास किया जा रहा है एस्केप टनल तो उसके लिए मटेरियल सभी यहाँ पे साइट पे अवेलेबल हो गया है जो 800 हंड्रेड एम एम के पाइप हैं वो पहुंच गए थे रात में और अब उनके लिए एक प्लेटफॉर्म निर्माण का कार्य अभी गतिमान है और उसके बाद उस कार्य को एस्केप टनल बनाने के कार्य को भी स्टार्ट कर दिया जाएगा सर अंदर की स्थिति की जानकारी जा, क्या हाल है उनके जो अंदर लोग हैं सभी लोग सुरक्षित और कुशल बताए गए हैं उन तक हवा और पानी भोजन आदि की व्यवस्था भी हो, हो पा रही है कुछ खाद्य सामग्री उन तक पहुंचाई भी गई है और एन एच के जो अधिकारी हैं उनका बताना है कि वो कम्युनिकेशन भी स्टेब्लिश कर पा रहे हैं लगातार उनसे सर कितना अंदाजा कितने दिन में रेस्क्यू करने की उम्मीद है सर डेफिनेट टाइम बताना इस समय पे मेरे लिए थोड़ा मुश्किल है और जैसे ही कोई आधिकारिक जानकारी मिलेगी मैं आपसे इसको शेयर करूंगा ਤੇ ਉੱਤਰਾਖੰਡ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਦੇ ਲਈ ਇੱਕ ਮਾਹਿਰ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ ਉੱਤਰਾਖੰਡ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਬਣਾਈ ਕਮੇਟੀ ਸੁਰੰਗ ਦੇ ਵਿੱਚ ਜ਼ਮੀਨ ਖਿਸਕਣ ਦੇ ਕਾਰਨਾਂ ਦਾ ਅਧਿਐਨ ਕਰੇਗੀ ਤੇ ਜਾਂਚ ਕਰੇਗੀ ਗੋਆ ਦੇ ਦਾਬੂਲੇਮ ਹਵਾਈ ਅੱਡੇ ਦੇ ਰਨਵੇ ਤੇ 에ਅਰ ਟ੍ਰੈਫਿਕ ਕੰਟਰੋਲਰ ਨੂੰ ਆਵਾਰਾ ਕੁੱਤਾ ਦੇਖਣ ਤੋਂ ਬਾਅਦ ਵਿਸਤਾਰਾ 에ਅਰਲਾਈਨਸ ਦਾ ਜਹਾਜ਼ ਬਿਨਾਂ ਲੈਂਡਿੰਗ ਦੇ ਬੰਗਲੌਰ ਪਰਤ ਗਿਆ ਜਹਾਜ਼ ਦੇ ਪਾਇਲਟ ਨੂੰ ਕੁਝ ਦੇਰ ਲਈ ਰੋਕਣ ਲਈ ਕਿਹਾ ਗਿਆ ਸੀ ਪਰ ਜਹਾਜ਼ ਬੰਗਲੌਰ ਚਲਾ ਗਿਆ ਦਾਬੂਲੇਮ 에ਅਰ ਬੇਸ ਆਈਐਨਐਸ ਹੰਸਾ ਨੇਵੀ ਬੇਸ ਦਾ ਹਿੱਸਾ ਹੈ ਵਿਸਤਾਰਾ ਦੀ ਫਲਾਈਟ ਯੂਕੇ 881 ਨੇ ਸੋਮਵਾਰ ਨੂੰ ਬਾਅਦ ਦੁਪਹਿਰ 12:55 ਮਿੰਟ ਤੇ ਬੰਗਲੌਰ ਦੇ ਕੈਂਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਤੇ ਬਾਅਦ ਪਰ 3:05 ਮਿੰਟ ਤੇ ਵਾਪਸੀ ਕੀਤੀ ਜਹਾਜ਼ ਨੇ ਫਿਰ ਸ਼ਾਮ ਨੂੰ 4:55 ਮਿੰਟ ਤੇ ਬੰਗਲੌਰ ਤੋਂ ਉਡਾਣ ਭਰੀ ਤੇ ਸ਼ਾਮ 6:30 ਵਜੇ ਗੁਆਹ ਪਹੁੰਚ ਗਿਆ ਯਾਨੀ ਕਿ ਹਵਾਈ ਪੱਟੀ ਤੇ ਵਾਰਾ ਕੁੱਟਣ ਕਰਕੇ ਵਿਸਤਾਰਾ ਦਾ ਜਹਾਜ਼ ਉੱtre ਬਿਨਾ ਹੀ ਬੰਗਲੌਰ ਚਲਾ ਗਿਆ ਕੇਰਲਾ ਦੀ ਅਦਾਲਤ ਨੇ ਅਲਵਾ ਦੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਅਤੇ ਉਸ ਨੂੰ ਖਤਮ ਕਰਨ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਵਿਸ਼ੇਸ਼ ਪੋਕਸੋ ਅਦਾਲਤ ਦੇ ਜੱਜ ਕੇ ਸੋਮਨ ਨੇ ਬਿਹਾਰ ਦੀ 5 ਸਾਲਾ ਬੱਚੀ ਦੇ ਨਾਲ ਦੁਸ਼ਕਰਮ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ ਪ੍ਰਵਾਸੀ ਮਜ਼ਦੂਰ ਅਸ਼ਵਾਕ ਆਲਮ ਨੂੰ ਇਹ ਸਜ਼ਾ ਮਿਲੀ ਹੈ ਜਦੋਂ ਦੋਸ਼ੀ ਨੂੰ ਸਜ਼ਾ ਸੁਣਾਈ ਗਈ ਤਾਂ ਪੀੜਤ ਬੱਚੀ ਦੇ ਮਾਤਾ ਪਿਤਾ ਅਦਾਲਤ ਵਿੱਚ ਮੌਜੂਦ ਸਨ ਤੇ ਸੰਤੁਸ਼ਟ ਸਨ ਯੂਪੀ ਤੋਂ ਖਬਰ ਹੈ ਜਿੱਥੇ ਦਿੱਲੀ ਹਰਦਵਾਰ ਕੌਮੀ ਇਸ਼ਾਰਾ ਤੇ ਰਾਮਪੁਰ ਤਿਹਾਰਾ ਦੇ ਵਿੱਚ ਅੱਜ ਤੜਕੇ ਕਾਰ ਅਤੇ ਵਿਚਾਰੇ ਟੱਕਰ ਹੋਈ ਤੇ 6 ਜਣੇ ਖਤਮ ਹੋ ਗਏ ਹਾਦਸਾ ਉਸ ਵਕਤ ਵਾਪਰਿਆ ਜਦੋਂ ਕਾਰ ਸਵਾਰ ਹਰਦੁਆਰ ਜਾ ਰਹੇ ਸਨ ਅਤੇ ਦਿੱਲੀ ਦੇ ਸ਼ਾਦਰਾ ਦੇ ਰਹਿਣ ਵਾਲੇ ਸਨ ਇਹਨਾਂ ਦੀ شناخت ਹਾਲੇ ਚੱਲ ਰਹੀ ਹੈ ਹਾਲਾਂਕਿ ਕਿਸੇ ਦੀ ਪਛਾਣ ਤਾਂ ਨਹੀਂ ਹੋ ਪਾਈ ਖਬਰਾਂ ਪੜੇ ਜਾਣ ਤੱਕ ਪਰ ਪਤਾ ਇਹ ਇਹ ਪੁਖਤਾ ਹੈ ਕਿ ਦਿੱਲੀ ਦੇ ਰਹਿਣ ਵਾਲੇ ਸਨ ਬਿਹਾਰ ਦੇ ਜਮੂਈ ਜ਼ਿਲ੍ਹੇ ਦੇ ਵਿੱਚ ਅੱਜ ਗੈਰ ਕਾਨੂੰਨੀ ਰੇਤੇ ਦੀ ਢੋਆ ਢੋਈ ਕਰ ਰਹੇ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਪੁਲਿਸ ਸਬ ਇੰਸਪੈਕਟਰ ਦੀ ਜਾਨ ਚਲੀ ਗਈ ਹੋਮਗਾਰਡ ਜਵਾਨ ਜਵਾਨ ਗੰਬੀ ਜ਼ਖਮੀ ਹੋ ਗਿਆ 2018 ਬੈਚ ਦੇ ਸਬ ਇੰਸਪੈਕਟਰ ਪ੍ਰਭਾਤ ਰੰਜਨ ਜੋ ਜ਼ਿਲ੍ਹੇ ਦੇ ਵਿੱਚ ਰੇਤ mafia ਵਿਰੁੱਧ ਬਿੱਡੀ ਮੁਹਿੰਮ ਦਾ ਹਿੱਸਾ ਸਨ ਗੜੀ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਜਦੋਂ ਰੇਤੇ ਨਾਲ ਭਰੀ ਟਰੈਕਟਰ ਟਰਾਲੀ ਨੇ ਉਸ ਨੂੰ ਅਤੇ ਹੋਮਗਾਰਡ ਜਵਾਨ ਰਾਜੇਸ਼ ਕੁਮਾਰ ਨੂੰ ਟੱਕਰ ਮਾਰ ਦਿੱਤੀ ਘਟਨਾ ਤੋਂ ਬਾਅਦ ਟਰੈਕਟਰ ਚਾਲਕ ਵਾਹਨ ਨੂੰ ਮੌਕੇ ਤੇ ਛੱਡ ਕੇ ਫਰਾਰ ਹੋ ਗਿਆ ਇਸ ਤੋਂ ਪਹਿਲਾਂ 1 ਨਵੰਬਰ ਨੂੰ ਸੂਬੇ ਦੇ ਨੌਰੰਗ ਔਰੰਗਾਬਾਦ ਜ਼ਿਲ੍ਹੇ ਦੇ ਵਿੱਚ ਰੇਤ mafia ਨੇ ਪੁਲਿਸ ਕਾਂਸਟੇਬਲ ਨੂੰ ਟਰੈਕਟਰ ਹੇਠਾਂ ਦੇ ਦਿੱਤਾ ਸੀ ਦਿੱਲੀ ਤੋਂ ਖਬਰ ਹੈ ਜਿੱਥੇ ਸ਼ਕਰਪੁਰ ਇਲਾਕੇ ਦੇ ਵਿੱਚ ਦੇਰ ਰਾਤ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਵਿੱਚ 40 ਸਾਲ ਦੀ ਔਰਤ ਦੀ ਜਾਨ ਚਲੀ ਗਈ ਜਦਕਿ 25 ਜਣਿਆਂ ਨੂੰ ਬਚਾ ਲਿਆ ਗਿਆ। ਯੂਪੀ ਦੇ ਮਥੁਰਾ ਜ਼ਿਲ੍ਹੇ ਦੇ ਗਿਆ ਇਲਾਕੇ ਵਿੱਚ ਦੀਵਾਲੀ ਮੌਕੇ ਪਟਾਕਾ ਬਾਜ਼ਾਰ ਵਿੱਚ ਲੱਗੀ ਅੱਗ ਵਿੱਚ ਜ਼ਖਮੀ ਹੋਏ ਦੋ ਭਰਾਵਾਂ ਦੀ ਜਾਨ ਚਲੀ ਗਈ ਹੈ। ਹਾਦਸੇ ਵਿੱਚ ਜ਼ਖਮੀ ਹੋਏ ਹੋਰ 11 ਲੋਕਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਉਬਰਾਏ ਗਰੁੱਪ ਦੇ ਚੇਅਰਮੈਨ ਪ੍ਰਿਥਵੀ ਰਾਜ ਸਿੰਘ ਉਬਰਾਏ ਦਾ ਦੇਹਾਂਤ ਹੋ ਗਿਆ 94 ਸਾਲ ਦੀ ਉਮਰ ਸੀ ਪ੍ਰਿਥਵੀ ਰਾਜ ਸਿੰਘ ਉਬਰਾਏ ਨੂੰ ਭਾਰਤੀ ਪ੍ਰਾਉਣਾਚਾਰੀ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ ਉਹ ਆਪਣੇ ਪਿੱਛੇ ਇੱਕ ਵੱਡੀ ਅਮੀਰ ਵਿਰਾਸਤ ਛੱਡ ਗਏ ਨੇ ਦੱਸਿਆ ਗਿਆ ਕਿ ਬਹੁਤ ਦੁੱਖ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਉਬਰਾਏ ਗਰੁੱਪ ਦੇ ਚੇਅਰਮੈਨ ਪੀ ਆਰ ਐਸ ਉਬਰਾਏ ਦਾ ਤੜਕੇ ਦੇਹਾਂਤ ਹੋ ਗਿਆ ਵਿੱਕੀ ਦੇ ਨਾਮ ਨਾਲ ਮਸ਼ਹੂਰ ਪੀ ਐਸ ਉਬਰਾਏ ਦਾ ਜਨਮ 1929 ਦੇ ਵਿੱਚ ਦਿੱਲੀ ਵਿੱਚ ਹੋਇਆ ਸੀ ਉਬਰਾਏ ਗਰੁੱਪ ਇੱਕ ਵੱਡਾ ਹੋਟਲਾਂ ਦਾ ਗਰੁੱਪ ਹੈ ਬਹੁਤ ਹੀ ਸ਼ਾਨਦਾਰ ਇਹਨਾਂ ਦੀ ਪ੍ਰਾਉਣਾਚਾਰੀ ਹੁੰਦੀ ਹੈ ਇਸ ਦੇ ਸੰਸਥਾਪਕ ਮਰਹੂਮ ਰਾਏ ਬਹਾਦਰ ਐਮ ਐਸ ਸੋਬਰਾਏ ਦੇ ਪੁੱਤਰ ਪੀ ਆਰ ਐਸ ਸੋਬਰਾਏ ਲੰਬੇ ਸਮੇਂ ਤੱਕ ਆਈ ਐਚ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਰਹੇ ਤੇ ਇਸ ਦੇ ਵਿਕਾਸ ਦੇ ਮਾਰਗ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਦਸੰਬਰ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਦਾ ਦੌਰਾ ਕਰਨਗੇ ਪ੍ਰਸ਼ਾਸਨ ਹੁਣ ਤੋਂ ਹੀ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਚੰਡੀਗੜ੍ਹ ਵਿੱਚ 44 ਸਹਾਇਕ ਇਨਸਪੈਕਟਰਾਂ ਤੇ 700 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣਗੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਅਤੇ ਮੈਡੀਕਲ ਜਾਂਚ ਵੀ 25 ਨਵੰਬਰ ਤੱਕ ਮੁਕੰਮਲ ਕਰ ਲਈ ਜਾਏਗੀ ਸ਼ਹਿਰ ਵਿੱਚ ਤਿਆਰ ਕੀਤੇ ਗਏ 375 ਕਰੋੜ ਰੁਪਏ ਦੇ 10 ਤੋਂ ਵੱਧ ਪ੍ਰੋਜੈਕਟਾਂ ਦਾ ਉਦਘਾਟਨ ਵੀ ਗ੍ਰਹਿ ਮੰਤਰੀ ਵੱਲੋਂ ਕੀਤਾ ਜਾਏਗਾ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਦੇਸ਼ ਦੇ ਵਿੱਚ ਭਾਵੇਂ ਮਹਿੰਗਾਈ ਨੇ ਹਾਹਾਕਾਰ ਮਚਾਈ ਹੋਈ ਹੈ ਪਰ ਸਰਕਾਰੀ ਅੰਕੜੇ ਕੁਝ ਹੋਰ ਹੀ ਬੋਲਦੇ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਿਕ ਪਰਚੂਨ ਮਹਿੰਗਾਈ ਦੀ ਦਰ ਕਾਫੀ ਘਟ ਗਈ ਹੈ ਸਰਕਾਰ ਨੇ ਦੱਸਿਆ ਹੈ ਕਿ ਥੋਕ ਮੁੱਲ ਸੂਚਕ ਅੰਕ ਅਧਾਰਿਤ ਮਹਿੰਗਾਈ ਅਕਤੂਬਰ ਦੇ ਵਿੱਚ ਘਟ ਕੇ ਮਨਫੀ 0.52% ਰਹਿ ਗਈ ਹੈ ਸੰਸਦ ਦੀ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਆਰਥਿਕ ਅਪਰਾਧਾਂ ਦੇ ਲਈ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਹੱਥਕੜੀ ਨਹੀਂ ਲਾਈ ਜਾਣੀ ਚਾਹੀਦੀ ਹੈ ਜਿਹਾ ਕਰਨ ਨਾਲ ਬਲਾਤਕਾਰ ਤੇ ਕਤਲ ਵਰਗੇ ਘਣਾਉਣੇ ਅਪਰਾਧਾਂ ਲਈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਨਾਲ ਮਿਲਾਉਣ ਵਰਗਾ ਹੋਵੇਗਾ বিজেপি ਦੇ ਸੰਸਦ ਮੈਂਬਰ ਬ੍ਰਿਜ ਲਾਲ ਦੀ ਅਗਵਾਈ ਵਾਲੀ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਗ੍ਰਿਫਤਾਰੀ ਦੇ ਪਹਿਲੇ 15 ਦਿਨਾਂ ਬਾਅਦ ਮਲਜ਼ਮਾਂ ਦੀ ਪੁਲਿਸ ਹਿਰਾਸਤ ਦੇ ਮੁੱਦੇ ਤੇ ਭਾਰਤੀ ਸਿਵਲ ਸੁਰੱਖਿਆ ਕੋਡ ਵਿੱਚ ਬਦਲਾਅ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ ਸੰਸਦੀ ਕਮੇਟੀ ਨੇ ਕਿਹਾ ਕਿ ਆਰਥਿਕ ਅਪਰਾਧਾਂ ਲਈ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਜ਼ਬਰਜਨਾਹ ਤੇ ਹੱਤਿਆ ਵਰਗੇ ਅਪਰਾਧਾਂ ਦੇ ਦੋਸ਼ੀਆਂ ਦੀ ਤਰ੍ਹਾਂ ਹੱਥਕੜੀ ਨਹੀਂ ਲਾਈ ਜਾਣੀ ਚਾਹੀਦੀ ਕਾਂਗਰਸ ਨੇ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਦੇਸ਼ ਵਿੱਚ ਨੌਜਵਾਨਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਢਾਹਟੇਰੀ ਕੀਤਾ ਜਾ ਰਿਹਾ ਹੈ ਪਾਰਟੀ ਦੇ ਕੌਮੀ ਮੁਖੀ ਮਲਿਕਾ ਅਰਜਨ ਖੜਗੇ ਨੇ ਹਾਲ ਹੀ ਵਿੱਚ ਭਾਜਪਾ ਦੀ ਤੇਲੰਗਾਨਾ ਰੈਲੀ ਵਿੱਚ ਵਾਪਰੀ ਉਸ ਘਟਨਾ ਦਾ ਜ਼ਿਕਰ ਕੀਤਾ ਜਿਸ ਵਿੱਚ ਇੱਕ ਲੜਕੀ ਬਿਜਲੀ ਦੇ ਖੰਬੇ ਤੇ ਚੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੀ ਸੀ ਇਸ ਸਬੰਧੀ ਖੜਗੇ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਨੌਕਰੀਆਂ ਚਾਹੁੰਦੇ ਨੇ ਪਰ ਇਸ ਦੇ ਬਦਲੇ ਉਹਨਾਂ ਨੂੰ ਬੇਰੁਜ਼ਗਾਰੀ ਮਿਲੀ ਹੈ ਜਿਸ ਦੀ ਦਰ ਲੰਘੇ 45 ਸਾਲਾਂ ਦੇ ਵਿੱਚ ਸਭ ਤੋਂ ਵੱਧ ਹੈ ਨੌਜਵਾਨ ਪੀੜੀ ਮੋਦੀ ਸਰਕਾਰ ਦੀ ਧੋਖੇਬਾਜ਼ੀ ਤੋਂ ਅੱਕ ਚੁੱਕੀ ਹੈ ਨੌਜਵਾਨ ਆਰਥਿਕ ਤਾਕਤ ਚਾਹੁੰਦੇ ਨੇ ਪਰ ਇਸ ਦੇ ਬਦਲੇ ਵਿੱਚ ਉਹਨਾਂ ਨੂੰ ਮਹਿੰਗਾਈ ਮਿਲੀ ਹੈ ਦੇਸ਼ ਦੇ 5% ਦੀ ਭਾਰਤ ਦੀ 60% ਦੀ ਸੰਪਤੀ ਤੇ ਕਬਜ਼ਾ ਕੀਤਾ ਹੋਇਆ ਜਿਸ ਕਾਰਨ ਗਰੀਬੀ ਅਗਰੀਬ ਤੇ ਮੱਧ ਵਰਗੀ ਲੋਕ ਸਭ ਤੋਂ ਵੱਧ ਪੀੜਤ ਨੇ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਇਜ਼ਰਾਈਲ ਫਲਸਤੀਨ ਯੁੱਧ ਦੀ ਹੀ ਗੱਲ ਕਰਾਂਗੇ ਜਿੱਥੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਦੇ ਬੁਰੇ ਹਾਲ ਹੋਏ ਪਏ ਨੇ ਇਸ ਦਰਮਿਆਨ ਇਜ਼ਰਾਈਲੀ ਫੌਜ ਨੇ ਕਿਹਾ ਕਿ ਨਵੇਂ ਜਨਮੇ ਬੱਚਿਆਂ ਦੇ ਬਾਰੇ ਸਾਡੀਆਂ ਚਿੰਤਾਵਾਂ ਬਰਕਰਾਰ ਨੇ ਅਸੀਂ ਗਾਜ਼ਾ ਦੇ ਵਿੱਚ ਇਨਕਿਊਬेटर ਭੇਜ ਰਹੇ ਹਾਂ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਕੇ ਫੌਜ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਇਸ ਦੇ ਵਿੱਚ ਇੱਕ ਪਾਹੀ ਵੈਨ ਦੇ ਵਿੱਚੋਂ ਇਨਕਿਊਬेटर ਉਤਾਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਫੋਟੋ ਕਿੱਥੋਂ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ WHO ਨੇ 2 ਦਿਨ ਪਹਿਲਾਂ ਸੂਚਿਤ ਕੀਤਾ ਸੀ ਕਿ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ ਸ਼ਿਫਾ ਦੇ ਵਿੱਚ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਇਜ਼ਰਾਈਲ ਡਿਫੈਂਸ ਫੋਰਸਸ ਦੇ ਬੁਲਾਰੇ ਡੇਨੀਅਲ ਹਾਗਰੀ ਨੇ ਹੁਣ ਦੱਸਿਆ ਕਿ ਉਹਨਾਂ ਦੀ ਫੌਜ ਅਲ ਸ਼ਿਫਾ ਚ ਫਸੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਚ ਮਦਦ ਕਰੇਗੀ ਹਾਲਾਂਕਿ ਫੌਜ ਨੇ ਜਾਣਕਾਰੀ ਨਹੀਂ ਦਿੱਤੀ ਕਿ ਇਹ ਇਨਕਿਊਬेटर ਅਲ ਸ਼ਿਫਾ ਹਸਪਤਾਲ ਦੇ ਲਈ ਹਨ ਯਾਨੀ ਕਿ ਹਸਪਤਾਲ ਦਾ ਨਾਮ ਨਹੀਂ ਲਿਖਿਆ ਇਜ਼raਇਲੀ ਫੌਜ ਦੇ ਵੱਲੋਂ ਇਹ ਜਾਣਕਾਰੀ ਅਜਿਹੇ ਸਮੇਂ ਦੇ ਵਿੱਚ ਆਈ ਹੈ ਜਦੋਂ ਫਲਸਤੀਨੀ ਸਿਹਤ ਕਰਮਚਾਰੀ ਲਗਾਤਾਰ ਵਿਗੜਦੇ ਹਾਲਾਤਾਂ ਨੂੰ ਲੈ ਕੇ ਚੇਤਾਵਨੀ ਦੇ ਰਹੇ ਨੇ ਹਸਪਤਾਲਾਂ ਦੇ ਵਿੱਚ ਨਵੇਂ ਜਨਮੇ ਬੱਚਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਇਨਕਿਊਬੇਟਰ ਦੇ ਵਿੱਚ ਰੱਖਿਆ ਜਾਂਦਾ ਹੈ ਉਹਨਾਂ ਦੱਸਿਆ ਕਿ ਗਾਜ਼ਾ ਦੇ ਹਸਪਤਾਲ ਸਪਲਾਈ ਦੀ ਕਮੀ ਨਾਲ ਜੂਝ ਰਹੇ ਨੇ ਹਸਪਤਾਲਾਂ ਦੇ ਵਿੱਚ ਸਭ ਤੋਂ ਵੱਡੀ ਲੋੜ ਬਿਜਲੀ ਦੀ ਹੈ ਜਿਸ ਤੋਂ ਬਿਨਾ ਇਨਕਿਊਬੇਟਰ ਵਰਗੀਆਂ ਮਸ਼ੀਨਾਂ ਕੰਮ ਨਹੀਂ ਕਰਦੀਆਂ ਅਲਸ਼ਿਫਾ ਹਸਪਤਾਲ ਦੇ ਹਾਲਾਤਾਂ ਬਾਰੇ WHO ਨੇ ਕਿਹਾ ਕਿ ਇੱਥੇ ਹਾਲਾਤ ਕਬਰਿਸਤਾਨ ਵਰਗੇ ਨੇ WHO ਦੇ ਬੁਲਾਰੇ ਕ੍ਰਿਸਚਨ ਲੈਂਡਮੇਅਰ ਨੇ ਕਿਹਾ ਕਿ ਇਸ ਸਮੇਂ ਇਸ ਹਸਪਤਾਲ ਦੇ ਵਿੱਚ 600 ਮਰੀਜ਼ ਨੇ ਹਸਪਤਾਲ ਦੇ ਆਲੇ ਦੁਆਲੇ ਬਹੁਤ ਬਹੁਤ ਸਾਰੀਆਂ ਦੇਹਾਂ ਪਈਆਂ ਨੇ ਜਿਨ੍ਹਾਂ ਦੀ ਦੇਖਪਾਲ ਕਰਨ ਵਾਲਾ ਵੀ ਕੋਈ ਨਹੀਂ ਹੈ ਇਹਨਾਂ ਨੂੰ ਦਫਨਾਇਆ ਵੀ ਨਹੀਂ ਜਾ ਰਿਹਾ ਹਸਪਤਾਲ ਹੁਣ ਕੰਮ ਨਹੀਂ ਕਰ ਰਿਹਾ ਇਹ ਕਬਰਿਸਤਾਨ ਵਰਗਾ ਬਣਿਆ ਪਿਆ ਡਾਕਟਰਾਂ ਨੇ ਡਾਕਟਰਾਂ ਨੇ ਵੀ ਦੱਸਿਆ ਕਿ ਹਸਪਤਾਲ ਦੇ ਵਿੱਚ ਜਿਹੜੇ ਮ੍ਰਿਤ ਲੋਕ ਨੇ ਉਹਨਾਂ ਦੀਆਂ ਦੇਹਾਂ ਦੇ ਢੇਰ ਲੱਗੇ ਪਏ ਨੇ ਤੇ ਕਈ ਦੇਹਾਂ ਤਾਂ ਸੜਨ ਲੱਗ ਪਈਆਂ ਨੇ ਇਸ ਦਰਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਕਿਹਾ ਕਿ ਗਾਜ਼ਾ ਪੱਟੀ ਵਿੱਚ ਹਸਪਤਾਲਾਂ ਦੀ ਸੁਰੱਖਿਆ ਦੀ ਤੁਰੰਤ ਲੋੜ ਹੈ ਇਸ ਦਰਮਿਆਨ ਯੂਨ ਫਲਸਤੀਨ ਸ਼ਰਨਾਰਥੀ ਏਜੰਸੀ ਯਾਨੀ ਕਿ ਯੂਨ ਆਰਡਬਲਯੂਏ ਨੇ ਦੱਸਿਆ ਹੈ ਕਿ ਇਸ ਦੇ ਵਾਲਣ ਡਿੱਪੂਆਂ ਨੂੰ ਖਾਲੀ ਕਰ ਦਿੱਤਾ ਗਿਆ ਹੈ ਏਜੰਸੀ ਮੁਤਾਬਕ ਇਹਨਾਂ ਡਿੱਪੂਆਂ ਰਾਹੀਂ ਇੰਦਨ ਦੀ ਸਪਲਾਈ ਕੀਤੀ ਜਾ ਰਹੀ ਹੈ ਏਜੰਸੀ ਦੇ ਸੰਚਾਰ ਨਿਰਦੇਸ਼ਕ ਜੂਲੀਅਟ ਟੋਮਾ ਨੇ ਦੱਸਿਆ ਕਿ ਇਸ ਸਥਿਤੀ ਦੇ ਵਿੱਚ ਗਾਜ਼ਾ ਵਿੱਚ ਚਲਾਏ ਜਾ ਰਹੇ ਮਨੁੱਖਤਾਵਾਦੀ ਆਪਰੇਸ਼ਨ ਖਤਰੇ ਵਿੱਚ ਪੈ ਸਕਦੇ ਨੇ ਕਹਿੰਦੇ ਅਸੀਂ ਆਪਣੀਆਂ ਕਾਰਾਂ ਨਹੀਂ ਚਲਾ ਸਕਾਂਗੇ ਬੇਕਰੀਜ਼ ਨੂੰ ਆਟਾ ਸਪਲਾਈ ਨਹੀਂ ਕਰ ਸਕਾਂਗੇ ਸਿਹਤ ਕੇਂਦਰਾਂ ਨੂੰ ਬਾਲਣ ਨਹੀਂ ਦੇ ਸਕਾਂਗੇ ਅਸੀਂ ਕਹਿੰਦੇ ਅੱਜ ਆਪਣਾ ਆਖਰੀ ਜਿਹੜੀ ਆਖਰੀ ਬਾਲਣ ਹੈ ਉਹਦੀ ਖੇਪ ਪਹੁੰਚਾਈ ਹੈ 7,80,000 ਲੋਕਾਂ ਨੇ ਇਥੇ ਕਰਨ ਲਈ ਹੋਈ ਹੈ ਅਸੀਂ ਉਹਨਾਂ ਦੀ ਮਦਦ ਨਹੀਂ ਕਰ ਸਕਾਂਗੇ ਸਾਨੂੰ ਕਹਿੰਦੇ ਤੁਰੰਤ ਬਾਲਣ ਦੀ ਲੋੜ ਹੈ ਜਾਰਡਨ ਦੇ ਕਿੰਗ ਅਬਦੁੱਲਾ ਦਾ ਵੀ ਬਿਆਨ ਆਇਆ ਹੈ ਅਬਦੁੱਲਾ ਨੇ ਕਿਸੇ ਵੀ ਅਜਹੀ ਯੋਜਨਾ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਇਜ਼ਰਾਈਲ ਗਾਜ਼ਾ ਗਾਜ਼ਾ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰਨ ਜਾਂ ਉੱਥੇ ਸੁਰੱਖਿਆ ਜ਼ੋਨ ਬਣਾਉਣ ਦੀ ਗੱਲ ਕਰ ਰਿਹਾ ਹੈ। ਜਾਰਡਨ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਕਿੰਗ ਅਬਦੁੱਲਾ ਨੇ ਸ਼ਾਹੀ ਮਹਿਲ ਦੇ ਵਿੱਚ ਹੋਈ ਬੈਠਕ ਵਿੱਚ ਸੀਨੀਅਰ ਲੀਡਰਾਂ ਨੂੰ ਕਿਹਾ ਕਿ ਇਜ਼ਰਾਈਲ ਤੇ ਫਲਸਤੀਨ ਦੇ ਵਿਚਾਲੇ ਵਿਵਾਦ ਦਾ ਕੋਈ ਫੌਜੀ ਜਾਂ ਸੁਰੱਖਿਆ ਸੰਬੰਧੀ ਹੱਲ ਨਹੀਂ ਹੋ ਸਕਦਾ। ਇਸ ਸਮੱਸਿਆ ਦੀ ਜੜ ਇਹ ਹੈ ਕਿ ਇਜ਼ਰਾਈਲ ਫਲਸਤੀਨੀ ਲੋਕਾਂ ਨੂੰ ਕਾਨੂੰਨੀ ਅਧਿਕਾਰ ਨਹੀਂ ਦੇਣਾ ਚਾਹੁੰਦਾ। ਹੱਲ ਦਾ ਰਾਹ ਇੱਥੋਂ ਹੀ ਸ਼ੁਰੂ ਹੁੰਦਾ ਹੈ ਜੇਕਰ ਕੋਈ ਹੋਰ ਰਾਹ ਅਪਣਾਇਆ ਜਾਵੇ ਤਾਂ ਉਸ ਦੀ ਅਸਫਲਤਾ ਯਕੀਨੀ ਹੈ ਜੇ ਇਹ ਜਿਹਾ ਨਾ ਹੋਇਆ ਤਾਂ ਹਿੰਸਾ ਤੇ ਤਬਾਹੀ ਵਧੂਗੀ ਇਜ਼ਰਾਈਲ ਗਾਜ਼ਾ ਦੇ ਹਾਲਾਤਾਂ ਦਰਮਿਆਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਆੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਗਾਜ਼ਾ ਦੇ ਵਿੱਚ ਇਜ਼ਰਾਈਲ ਬੰਬਾਰੀ ਦੇ ਵਿੱਚ 10000 ਤੋਂ ਵੱਧ ਲੋਕਾਂ ਦੇ ਖਤਮ ਹੋ ਜਾਣਾ ਬਹੁਤ ਹੀ ਨਿੰਦਨਯੋਗ ਹੈ ਤੇ ਇਸ ਤਬਾਹੀ ਦੀ ਹਮਾਇਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪ੍ਰਿਆੰਕਾ ਨੇ ਕਿਹਾ ਕਿ ਇਹ ਨਿਖੇਦੀ ਭਰਪੂਰ ਤੇ ਅਫਸੋਸਨਾਕ ਹੈ ਅ ਗਾਜ਼ਾ ਦੇ ਵਿੱਚ ਜਿਹੜੇ ਲੋਕ ਮਾਰੇ ਜਾ ਮਾਰੇ ਜਾ ਰਹੇ ਨੇ ਉਹਨਾਂ ਦੇ ਵਿੱਚ ਅੱਧੇ ਬੱਚੇ ਨੇ ਐਚ ਦੇ ਮੁਤਾਬਿਕ ਹਰ 10 ਮਿੰਟ ਦੇ ਵਿੱਚ ਇੱਕ ਬੱਚਾ ਖਤਮ ਹੋ ਰਿਹਾ ਹੈ ਛੋਟੇ ਬੱਚਿਆਂ ਨੂੰ ਆਕਸੀਜਨ ਦੀ ਘਾਟ ਕਾਰਨ ਇਨਕਿਊਬੇਟਰ ਤੋਂ ਹਟਾਉਣਾ ਪੈ ਰਿਹਾ ਹੈ ਤੇ ਉਹਨਾਂ ਨੂੰ ਇਸੇ ਤਰ੍ਹਾਂ ਖਤਮ ਹੋਣ ਦੇ ਲਈ ਛੱਡ ਦਿੱਤਾ ਗਿਆ ਹੈ ਬਰਤਾਨੀਆ ਤੋਂ ਖਬਰ ਹੈ ਜਿੱਥੇ ਗ੍ਰਹਿ ਮੰਤਰੀ ਨੂੰ ਹਟਾਉਣ ਤੋਂ ਬਾਅਦ ਵਿਵਾਦ ਵੱਧ ਗਿਆ ਹੈ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਫੈਸਲੇ ਦਾ ਉਹਨਾਂ ਦੀ ਹੀ ਪਾਰਟੀ ਅੰਦਰ ਵਿਰੋਧ ਹੋਣ ਲੱਗਾ ਰਿਸ਼ੀ ਸੁਨਕ ਦੀ ਕਨਸਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਐਂਡਰੀਆ ਜੈਂਕਿੰਸ ਨੇ ਪ੍ਰਧਾਨ ਮੰਤਰੀ ਦੇ ਫੈਸਲੇ ਖਿਲਾਫ ਬੇਪਰੋਸਗੀ ਦਾ ਮਤਾ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਹਾਊਸ ਆਫ ਕਾਮਨ ਕੰਜ਼ਰਵੇਟਿਵ ਪਾਰਟੀ ਦੇ ਸੰਸਦੀ ਸਮੂਹ 1922 ਦੀ ਕਮੇਟੀ ਦੇ ਚੇਅਰਮੈਨ ਸਰ ਗ੍ਰਾਹਮ ਬ੍ਰੈਡੀ ਨੂੰ ਇੱਕ ਚਿੱਠੀ ਲਿਖੀ ਹੈ ਜਨ ਕਿਸ ਨੇ ਕਿਹਾ ਹੈ ਕਿ ਹੁਣ ਬਹੁਤ ਹੋ ਗਿਆ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਚਿੱਠੀ ਦੇ ਵਿੱਚ ਉਹਨਾਂ ਕਿਹਾ ਹੈ ਕਿ ਉਸਨੇ ਆਪਣਾ ਅਵਿਸ਼ਵਾਸ ਪੱਤਰ 1922 ਕਮੇਟੀ ਦੇ ਚੇਅਰਮੈਨ ਨੂੰ ਸੌਂਪ ਦਿੱਤਾ ਹੈ ਹੁਣ ਸਮਾਂ ਆ ਗਿਆ ਹੈ ਕਿ ਰਿਸ਼ੀ ਸੁਨਕ ਜਾਨ ਅਤੇ ਉਹਨਾਂ ਦੀ ਥਾਂ ਇੱਕ ਅਸਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੂੰ ਨਿਯੁਕਤ ਕੀਤਾ ਜਾਵੇ ਸੁਨਕ ਦੀ ਆਲੋਚਨਾ ਕਰਦੇ ਹੋਣਾਂ ਕਿਹਾ ਹੈ ਕਿ ਰਿਸ਼ੀ ਨੇ ਸਾਡੇ ਲੋਕਤੰਤ੍ਰਿਕ ਤੌਰ ਤੇ ਚੁਣੇ ਗਏ ਲੀਡਰ ਬਾਰਿਸ ਜான்ਸਨ ਤੋ छुटकारा ਪਾਉਣ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਕੀਤੀਆਂ ਦਰਅਸਲ ਬਰੇਵਰਮੈਨ ਨੇ ਲੰਡਨ ਪੁਲਿਸ ਤੇ ਫਿਲਸਤੀਨ ਪੱਖੀ ਹੋਣ ਦਾ ਦੋਸ਼ ਲਾਉਂਦੇ ਹੋਏ ਇੱਕ ਲੇਖ ਲਿਖਿਆ ਸੀ ਜਿਸ ਤੋਂ ਪੀਐਮ ਸੁਨਕ ਨਰਾਜ਼ ਸਨ ਅਤੇ ਉਹਨਾਂ ਨੇ ਗ੍ਰਹਿ ਮੰਤਰੀ ਬਰਵਰਮਨ ਨੂੰ ਹਟਾ ਦਿੱਤਾ ਸੀ ਭਾਰਤ ਅਤੇ ਬਰਤਾਨੀਆਂ ਦੇ ਰੱਖਿਆ ਮੰਤਰੀਆਂ ਦੀ ਫੋਨ ਤੇ ਗੱਲਬਾਤ ਹੋਈ ਹੈ ਤੇ ਬ੍ਰਿਟਿਸ਼ ਦੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਨੂੰ ਬਰਤਾਨੀਆਂ ਆਉਣ ਦਾ ਸੱਦਾ ਦਿੱਤਾ ਹੈ 13 ਨਵੰਬਰ ਨੂੰ ਦੋਵੇਂ ਲੀਡਰਾਂ ਦੀ ਗੱਲਬਾਤ ਹੋਈ ਹੈ ਰੱਖਿਆ ਮੰਤਰੀ ਗ੍ਰਾਂਟ ਸ਼ੈਮਸ ਨੇ ਸੱਦਾ ਦਿੱਤਾ ਹੈ ਤੇ ਇਸ ਗੱਲਬਾਤ ਦਾ ਮਕਸਦ ਹਿੰਦ ਪਰشان ਖੇਤਰ ਵਿੱਚ ਡੂੰਘੇ ਭਾਰਤ ਬਰਤਾਨੀਆਂ ਸਹਿਯੋਗ ਨੂੰ ਵਿਕਸਿਤ ਕਰਨ ਦੇ ਤਰੀਕਿਆਂ ਤੇ ਧਿਆਨ ਕੇਂਦਰਿਤ ਕਰਨਾ ਸੀ ਇਸ ਤਰ੍ਹਾਂ ਸ਼ੈਮਸ ਨੇ ਸੱਦਾ ਜਿਹੜਾ ਦਿੱਤਾ ਹੈ ਉਹ ਰਾਜ ਨਾਥ ਸਿੰਘ ਨੇ ਕਬੂਲਿਆ ਹੈ ਜਾਂ ਨਹੀਂ ਇਸ ਬਾਰੇ ਹਾਲੇ ਕੋਈ ਜਿਹੜੀ ਪੁਸ਼ਟੀ ਨਹੀਂ ਹੋ ਸਕੀ ਆਸਟ੍ਰੇਲੀਆ ਤੋਂ ਖਬਰ ਹੈ ਜਿੱਥੇ ਇੱਕ ਸਾਬਕਾ ਰੇਡੀਓ ਹੋਸਟ ਮਗਰਮੱਛ ਪ੍ਰਭਾਵਿਤ ਇਲਾਕੇ ਵਿੱਚ ਮੱਛੀਆਂ ਫੜਨ ਤੋਂ ਬਾਅਦ ਲਾਪਤਾ ਦੱਸੇ ਜਾ ਰਹੇ ਨੇ ਖੋਜ ਚੱਲ ਰਹੀ ਹੈ ਰੋਮਨ ਬੁਚਾਸਕੀ ਇਹਨਾਂ ਦਾ ਨਾਮ ਹੈ ਇਸ ਸਾਬਕਾ ਰੇਡੀਓ ਹੋਸਟ ਨੇ ਪਿਛਲੇ 2 ਦਿਨਾਂ ਤੋਂ ਲਾਪਤਾ ਨੇ ਜਦੋਂ ਉੱਤਰੀ ਆਸਟ੍ਰੇਲੀਆ ਦੇ ਵਿੱਚ ਮਗਰਮੱਛਾਂ ਦੇ ਨਾਲ ਪ੍ਰਭਾਵਿਤ ਇੱਕ ਨਦੀ ਵਿੱਚ ਮੱਛੀਆਂ ਫੜਨ ਦੇ ਲਈ ਇਕੱਲੇ ਗਏ ਸਨ ਹੁਣ ਇਹਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਗਿਆ ਖਦਸ਼ਾ ਚਿਤਾਇਆ ਜਾ ਰਿਹਾ ਹੈ ਕਿ ਉਹ ਮਗਰਮੱਛ ਦੇ ਸ਼ਿਕਾਰ ਹੋ ਸਕਦੇ ਨੇ ਲੱਭਣ ਦੀਆਂ ਕੋਸ਼ਿਸ਼ਾਂ ਉਹ ਆਪਣੇ ਕੈਂਪਿੰਗ ਮੈਦਾਨ ਦੇ ਵਿੱਚੇ ਵਾਪਸ ਨਹੀਂ ਪਹੁੰਚੇ ਇਹਨਾਂ ਦਾ ਕੁਝ ਸਮਾਨ ਕੁਇਨਜ਼ਲੈਂਡ ਸੂਬੇ ਦੇ ਦੂਰ ਤਰਾਡੇ ਕੇਪ ਯਾਰਕ ਪ੍ਰਾਇਦੀਪ ਦੇ ਵਿੱਚ 올ਿਵ ਨਦੀ ਦੇ ਨੇੜੇ ਮਿਲ ਗਿਆ ਹੈ ਉਹ ਚਾਸਕੀ ਬੰਸਰੀ ਦੇ ਨਾਲ ਮੱਛੀਆਂ ਫੜਨ ਦੇ ਮਾਹਿਰ ਸਨ ਸਿਡਨੀ ਰੇਡੀਓ ਸਟੇਸ਼ਨ 2 ਜੀਬੀ ਤੇ ਫਿਸ਼ਿੰਗ ਸ਼ੋਅ ਦੇ ਇਸ ਸਾਮਕਾ ਮੇਜ਼ਵਾਨ ਸਨ ਪੱਛਮੀ ਅਫਰੀਕੀ ਮੁਲਕ ਬੁਰਕੀਨਾ ਫਾਸੋ ਦੇ ਇੱਕ ਪਿੰਡ ਤੇ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਜਿਸ ਦੇ ਵਿੱਚ ਘੱਟੋ ਘੱਟ 7 70 ਜਣੇ ਖਤਮ ਕਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਬਜ਼ੁਰਗ ਤੇ ਬੱਚੇ ਦੱਸੇ ਜਾ ਰਹੇ ਨੇ ਰਾਈਟਰਸ ਦੀ ਖਬਰ ਦੇ ਮੁਤਾਬਿਕ 5 ਨਵੰਬਰ ਨੂੰ ਬੁਰਕੀਨਾ ਫਾਸੋ ਦੇ ਉੱਤਰੀ ਖੇਤਰ ਦੇ ਜ਼ੈਂਗੋ ਪਿੰਡ ਦੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਹਮਲਾ ਕੀਤਾ ਹਮਲਾਵਰਾਂ ਨੇ ਨਾ ਸਿਰਫ ਲੋਕਾਂ ਨੂੰ ਖਤਮ ਕੀਤਾ ਬਲਕਿ ਉਹਨਾਂ ਦੀ ਜਾਇਦਾਦ ਨੂੰ ਵੀ ਅੱਗ ਲਾ ਦਿੱਤੀ ਹਾਲੇ ਤੱਕ ਜਿਹੜੇ ਜਾਨ ਗਵਾਉਣ ਵਾਲੇ ਤੇ ਲਾਪਤਾ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਜਾਂਚ ਚੱਲ ਰਹੀ ਹੈ ਯੂਰਪੀਅਨ ਯੂਨੀਅਨ ਨੇ ਐਤਵਾਰ ਨੂੰ ਅਧਿਕਾਰੀਆਂ ਨੂੰ ਜ਼ਾਂਗੋ ਪਿੰਡ ਦੇ ਵਿੱਚ ਲਗਭਗ 100 ਲੋਕਾਂ ਦੇ ਖਿਲਾਫ ਜਿਹੜੀ ਵਾਰਦਾਤ ਹੋਈ ਉਸ ਦੀ ਜਾਂਚ ਕਰਨ ਦੇ ਲਈ ਵੀ ਕਿਹਾ ਹੈ ਬੁਰਕੀਨਾ ਫਾਸੋ ਪੱਛਮੀ ਅਫਰੀਕਾ ਦੇ ਉਹਨਾਂ ਮੁਲਕਾਂ ਉਹਨਾਂ ਦੇਸ਼ਾਂ ਦੇ ਵਿੱਚੋਂ ਇੱਕ ਹੈ ਬੁਰਕੀਨਾ ਫਾਸੋ ਪੱਛਮੀ ਅਮਰੀਕਾ ਦੇ ਉਹਨਾਂ ਮੁਲਕਾਂ ਚੋਂ ਇੱਕ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਖੂਨੀ ਸੰਘਰਸ਼ ਚੱਲ ਰਿਹਾ ਹੈ ਇਹਦੇ ਵਿੱਚ ਹਜ਼ਾਰਾਂ ਲੋਕ ਖਤਮ ਕਰ ਦਿੱਤੇ ਗਏ ਨੇ ਤੇ ਲੱਖਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਬਚ ਗਏ ਨੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਧੰਨਵਾਦ